भा च दे देंगे सुखजिंदर भाई, कोई एन आर आई भीर शौक पूरा करना चाहता जी, भी इन्ना वादा करते हैं भी पंजाब शिंगार की बछेरी जे उन्हें देती जी, साल की करके दे दे सानू, जिन्ने की घोड़ी लूगा उन्नी दी ले लांगे। है कोई ब्रीडर जिहड़ा एड्डी गल कहे दे? आ जोड़ा जिन्ने दा लूगा हुण, जिवें मन लो भी जे किसी ने बछेरा लैना बछेरा ले ले जी, घोड़ी लैनी है घोड़ी ले ले जी, जोड़ा लैना जोड़ा ले ले जी, पर जिन्ने की घोड़ी देवांगे जी साल की बछेरी दे दे पंजाब शिंगार की घोड़ी फ्री कर देंगे। आम वह घोड़ी चंगा मनिया जाता भी जी अद का बच्चा दे दे जी, जे 6 लाख की घोड़ी या 3 लाख का बच्चा दे दे। आप देने वाली गल करिए कि उदा मंगने वाली, जो मर्जी कर दो। अज ये भी गल वड्डी हो जानी, मेरे 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 हिसाब नाल चैनल ते पहला बंदा होगा जिहड़ा पैसे मंगूगा, नहीं मैं नहीं मंगदा कोई। मैं मैनू की लोड़ है लैणा लो जी, डूढ़धारी तेग भी कहंदे ने। ए देखो आह धार आ सारी, इधरों अद्धी धार इधर आ, जदों बंदा नेड़े आउंदा आ चीज वजणी आ, इत्थों आ घूमणी आ, ਤੇ ਜਦੋਂ ਪਿੱਛੇ ਦੁਸ਼ਮਣ ਆ, ਜਦੋਂ ਇਹਨੇ ਪਿੱਛੋਂ ਦੀ ਘੁੰਮ ਕੇ ਆਉਣਾ ਤਾਂ ਆਹ ਚੀਜ਼ ਨੇ ਪਿੱਛੋਂ ਝੜਕਣਾ। ਜਾਣੀ ਇਹ ਥੋੜਾ ਜਿਹਾ ਗੁੱਟ ਚ, ਮੇਰੇ ਗੁੱਟ ਚ ਇੰਨੀ ਜਾਣ ਨੀ ਹੈ ਜਾਂ ਤਾਂ ਫਿਰ ਡਲੇ ਦਲੇਰੀ ਆ। ਇਹਦੀ ਇੱਕ ਚੀਜ਼ ਹੋਰ ਵੀ ਦਿਖਾਵਾਂ ਤੁਹਾਨੂੰ, ਦੇਖਿਓ ਅੱਗੇ। ਹੁਣ ਤਾਂ ਖੈਰ ਆਹ ਦੇਖੋ ਆਪਣਾ ਆਹ ਉਰੇ ਫੜ ਲਿਆ, ਹੁਣ ਤੁਸੀਂ ਦੇਖਿਓ ਵੀ ਮੇਰੇ ਨਾਲ ਨਾਲ ਚੱਲਣਾ ਇਹਨੇ। ਇਹ ਦੇਖਿਓ ਹਜੇ ਮੈਂ ਬਹੁਤ ਸਾਲ ਕਰਿਆ ਨੀ, ਹੁਣ ਘੋੜਿਆਂ ਨੂੰ ਉਹ ਨਾ ਹੋ ਜੇ, ਹੱਥ ਸੜਤਾ ਦੇਖਿਓ। आ जा पुत, आ जा मेरा पुत, आ जा आ जा, मन दी डोर मला प्रीत, आ जा पुत, आ जा, चल पुत मुड़ा, आ जा मुड़, आ जा पुत मुड़, आ जा मुड़ 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 पुत, आ जा। असा सुखजिंदर जिथे मैं खड़ूंगा जे एक भी पैर गहां पा, पुत आ जा मुड़ मुड़ पुत मुड़ मुड़, जिथे मैं खड़ गया उथे खड़ जाना, देख ली खड़ जा पुत। ओए राज केसरी घोड़ा कोई ओदा बच्चा, मतलब बहुत चंगा घोड़ा, घोड़ा यह भी बहुत चंगा, करंट इना ज्यादा, कन्न बहुत चंगे ने, घोड़ा मारे ही भुखा पिया, फिर बिच दी होर बंदे लै गए हीट कढ़न नूं, ਉੱਥੇ ਵੀ ਹੱਡ ਜੇ ਨਿਕਲ ਗਏ, ਸਾਡੇ ਜਿੰਨਾ ਦਾਣਾ ਦੂਣਾ ਕੋਈ ਪਾਉਣਾ। ਹੁਣ ਮੇਰੇ ਗੱਲ ਐ ਆ, ਕਮਰੇ ਮੈਂ ਬੱਚੇ ਆ ਤੋੜਨੇ ਨੇ ਘੋੜੀਆਂ ਨਾਲੋਂ, ਘੋੜੀਆਂ ਸੂਈਆਂ ਨੇ ਉਧਰੋਂ ਸੂਣ ਵਾਲੀਆਂ, ਮੈਂ ਤਾਂ ਅਗਲੇ ਨੂੰ ਜਿੰਨੇ ਦਾ ਲਿਆ ਉਹਨੇ ਦੀ ਕਹੀ ਜਾਣਾ ਜੀ। ਹਾਂ ਬੰਦਾ ਐਂ ਵੀ ਕਰ ਲਾਂਗੇ ਸੁਖਜਿੰਦਰ ਬਾਈ, ਜੇ ਤੂੰ ਗਰੰਟੀ ਲੈਣਾ ਜੀ, ਬੰਦਾ ਗਰੀਬ ਹੈ ਜੀ, ਪਰ ਇਹ ਦੀ ਸੇਵਾ ਕਰਨਾ ਹੋਵੇ ਫ੍ਰੀ ਚ ਘੋੜਾ ਲੈ ਜਾਵੇ। ਲੈ ਵੀ ਐਪੀਸੋਡ ਨੰਬਰ 2 ਲੈ ਕੇ ਹਾਜ਼ਰ ਹੋਏ ਆ ਬਾਬਾ ਗੁਰਵਿੰਦਰ ਸਿੰਘ ਜੀ ਖੇੜੀ ਵਾਲੇ, ਆਪਣੇ ਨਾਲ ਹੈ, ਨਾਂ ਬਹੁਤ ਵੱਡਾ ਇੰਡੀਆ ਦੇ ਵਿੱਚ, ਬਹੁਤ ਵੀਡੀਓ ਵਾਇਰਲ ਹੁੰਦੀਆਂ, ਬਹੁਤ ਗੱਲਾਂ ਬਾਤਾਂ ਤੁਸੀਂ ਸੁਣਦੇ ਆ। ਅੱਜ ਆਪਾਂ ਇਹਨਾਂ ਦੇ ਫਾਰਮ ਦੇ ਬਹੁਤ ਕਮਾਲ ਕਮਾਲ ਦੇ ਜਾਨਵਰ, ਆਪਾਂ ਇਹ ਕਹਿ ਸਕਦੇ ਹਾਂ, ਮੈਂ ਜੇ ਛੋਟੇ ਸ਼ਬਦਾਂ 'ਚ ਗੱਲ ਕਰਾਂ, ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਕਹਿ ਚੁੱਕਿਆ ਕਿ ਬਹੁਤ ਤੇਜ਼ੀ ਦੇ ਨਾਲ ਬੰਦਾ ਬਹੁਤ ਤੇਜ਼ੀ ਦੇ ਨਾਲ ਘੋੜਿਆਂ ਦੀ ਦੁਨੀਆ ਦੇ ਵਿੱਚ ਆਇਆ, ਘੋੜਿਆਂ ਦੀ ਦੁਨੀਆ ਦੇ ਵਿੱਚ ਚੰਗੀ ਕਲੈਕਸ਼ਨ ਇਕੱਠੀ ਕੀਤੀ। ਆਪਾਂ ਐਂ ਕਹਿ ਸਕਦੇ ਵੀ ਬਹੁਤ ਇਹੋ ਜਿਹੇ ਬੰਦੇ ਬਹੁਤ ਹੁੰਦੇ ਆ ਜਿਹੜੇ ਓਬਜ਼ਰਵੇਸ਼ਨ ਜਿਨ੍ਹਾਂ ਦੀ ਕਮਾਲ ਹੁੰਦੀ ਆ, ਬਹੁਤ ਵਾਰ ਜਿਨ੍ਹਾਂ ਨੇ 20-30 ਸਾਲ ਦੇ ਤਜ਼ਰਬੇ ਹੁੰਦੇ ਆ ਉਹ ਉੱਥੋਂ ਤੱਕ ਪਹੁੰਚਦੇ ਆ, ਅਤੇ ਬਹੁਤ ਵਾਰ ਬੰਦੇ 2-3 ਸਾਲ ਦੇ ਵਿੱਚ 20-30 ਸਾਲ ਵਾਲੇ ਤਜ਼ਰਬੇ ਵਾਲਿਆਂ ਨਾਲ ਗੱਲਬਾਤ ਕਰਕੇ ਉੱਥੇ ਪਹੁੰਚ ਜਾਂਦੇ ਆ। ਬਾਬਾ ਜੀ ਆਪਣੇ ਨਾਲ ਹੈ, ਸੋਹਣੇ ਜਾਨਵਰ ਹੈਗੇ ਆ, ਪਰ ਸੋਹਣਿਆਂ ਬਾਰੇ ਕਿੰਨੀ ਕੁ ਜਾਣਕਾਰੀ ਹੈ, ਕਿੱਥੋਂ ਕਿੱਥੋਂ ਕੀ ਬਿਊਟੀ ਹੁੰਦੀ ਆ, ਆਪਾਂ ਸਾਰੀ ਜਾਣਕਾਰੀ ਲੈਂਦੇ, ਨਾਲੇ ਦਿਖਾਉਂਦੇ ਹਾਂ ਬਾਬਾ ਜੀ ਉਹਨਾਂ ਦੀਆਂ ਘੋੜੀਆਂ, ਨਾਲੇ ਕਰਦੇ ਹਾਂ ਅੱਜ ਫਿਰ ਅਗਲੇ ਐਪੀਸੋਡ ਦੇ ਵਿੱਚ ਬਾਬਾ ਜੀ ਉਹਨਾਂ ਦਾ ਸਵਾਗਤ। ਬਾਬਾ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਵੀਰ ਜੀ ਸੁਖਜਿੰਦਰ ਵੀਰ ਜੀ ਅਤੇ ਸਾਰੇ ਹੀ ਘੋੜਾ ਪ੍ਰੇਮੀਆਂ ਨੂੰ, ਮਨੁੱਖਤਾ ਨੂੰ ਪਿਆਰ ਕਰਨ ਵਾਲੇ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਫਤਿਹ ਪ੍ਰਵਾਨ ਹੋਵੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਸੁਖਜਿੰਦਰ ਵੀਰ ਜੀ ਵੀ ਘੋੜੀਆਂ ਬੇਸ਼ੱਕ ਆਪਣੇ 3 ਸਾਲ ਤੋਂ ਆਪਣੇ ਫਾਰਮ 'ਚ ਆਈਆਂ ਨੇ, ਪਰ ਮੇਰੇ ਦਿਮਾਗ ਦੇ ਵਿੱਚ ਤਕਰੀਬਨ ਜਦ ਜੌਣਾ ਮੌੜ ਫਿਲਮ ਦੇਖੀ ਆ ਉਦੋਂ ਹੀ ਆ ਗਈਆਂ ਸੀ। ਤੇ ਹਾਂ VCR ਹੁੰਦੇ ਸੀ ਉਦੋਂ, ਮੈਨੂੰ ਪਤਾ ਸੀ ਮੇਰੇ ਇੱਕ ਦਿਨ ਜਦੋਂ ਮੇਰੀ ਉਮਰ ਹੋਊਗੀ ਕੁੜਤਾ ਚਾਦਰਾ ਲੱਗਿਆ ਹੋਊ ਅਤੇ ਮੇਰੇ ਕੋਲ ਘੋੜੀਆਂ ਹੋਣਗੀਆਂ ਅਤੇ ਮੇਰੇ ਕੋਲ ਇੰਡੀਆ ਦਾ ਇੱਕ ਸਭ ਤੋਂ ਘੈਂਟ ਘੋੜਾ ਹੋਊਗਾ। ਵੀ ਕਿਹੜੀ ਉਹ ਚੀਜ਼ ਆ ਨਾ
ਜਿਵੇਂ ਮੰਨ ਲਓ ਵੀ ਮੈਂ ਤੁਹਾਨੂੰ ਕਹਾਂ ਇੱਥੇ ਵੀ ਤੁਸੀਂ ਹਰਾ ਰੰਗ ਲੱਭੋ ਨਾ ਨੀਲਾ ਰੰਗ ਲੱਭੋ ਕਿੱਥੇ ਕਿੱਥੇ ਜੀ ਤੁਸੀਂ ਇਹ ਲੱਭੋਗੇ ਉਹ ਬਾਲਟੀ ਨੀਲੀ ਨਿਹੰਗ ਸਿੰਘ ਦਾ ਦਮਾਲਾ ਨੀਲਾ ਦਿਮਾਗ ਸੀਗਾ ਨਾ ਉਹ ਬਚਪਨ ਸੀ ਘੋੜੀਆਂ ਚ ਸੀ ਵੀ ਮੈਨੂੰ ਪਤਾ ਸੀ ਵੀ ਮੇਰੇ ਕੋਲ ਆਉਣਗੀਆਂ ਆਉਣਗੀਆਂ ਘੋੜਾ ਵੀ ਆਪਣਾ ਜਿੱਤੂਗਾ ਪਰ ਅਕਾਲ ਪੁਰਖ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਸੱਚੇ ਪਾਤਸ਼ਾਹ ਤੇ ਉਹਨਾਂ ਦੀ ਬਹੁਤ ਜ਼ਿਆਦਾ ਰਹਿਮਤ ਉਹਨਾਂ ਦੀ ਬਹੁਤ ਹੀ ਜ਼ਿਆਦਾ ਚਲੋ ਉਹਨਾਂ ਦਾ ਉਪਦੇਸ਼ ਆ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਕਿਰਤ ਕਰਦੇ ਹਾਂ ਨਾਮ ਕੇ ਨਾਮ ਜਿੰਨਾ ਕੁ ਮਹਾਰਾਜ ਜਪਾ ਲੈਂਦੇ ਹਾਂ ਵੰਡ ਕੇ ਛਕਦੇ ਹਾਂ ਬਾਕੀ ਆਪਾਂ ਘੋੜੀਆਂ ਨੂੰ ਦੇਖੋ ਇੱਕ ਹੁੰਦਾ ਜਿਵੇਂ ਆਪਾਂ ਨੂੰ ਕਹੇ ਕੱਪੜੇ ਲੀੜੇ ਦਾ ਚਾਅ ਹੁੰਦਾ ਪਰ ਉਹ ਕੱਪੜਾ ਲੀੜਾ ਪਾ ਕੇ ਚਾਅ ਉੱਤਰ ਜਾਂਦਾ ਹਨਾ ਸ਼ੌਂਕ ਵੀ ਹੁੰਦੇ ਨੇ ਸ਼ੌਂਕ ਵੀ ਮਰ ਮੁਰ ਜਾਂਦੇ ਨੇ ਪਰ ਇੱਕ ਜਿਹੜਾ ਪ੍ਰੇਮ ਹੁੰਦਾ ਨਾ ਇਸ਼ਕ ਹੁੰਦਾ ਇਹ ਮਰਦਾ ਨਹੀਂ ਇਹ ਤਾਂ ਦਿਨੋ ਦਿਨ ਤਾਜ਼ਾ ਹੋਈ ਜਾਂਦਾ ਵੀ ਇਸ਼ਕ ਦਿਨੋ ਦਿਨ ਵੱਧਦਾ ਜਾਂਦਾ ਤਾਜ਼ਾ ਹੁੰਦਾ ਜਾਂਦਾ ਵੀ ਨਾ ਤਾਂ ਜ਼ਿੰਦਗੀ ਦੇ ਵਿੱਚ ਕਿਸੇ ਨੇ ਜਿਸ ਹਿਸਾਬ ਨਾਲ ਮੈਂ ਜਿਸ ਦਿਨ ਦੇ ਮੇਰੇ ਘੋੜੇ ਆਏ ਨੇ ਜਿੰਨਾ ਮੈਂ ਘੋੜਿਆਂ ਪਿੱਛੇ ਪਾਗਲ ਹੋਇਆ ਹੋਇਆ ਵੀ ਮੈਨੂੰ ਦੋ ਤਿੰਨ ਦਿਨ ਨਹਾਉਣਾ ਭੁੱਲ ਜਾਂਦਾ ਇਹ ਤਾਂ ਮੈਂ ਹੁਣ ਵਿਆਹ ਵੂਹ ਕਰਾਉਣਾ ਕਹਿੰਦੇ ਘਰ ਦੇ ਕੁੜਤਾ ਚਾਦਰ ਪਾ ਕੇ ਅਤੇ ਪੱਗ ਪੱਗ ਬੰਨ ਕੇ ਰੱਖ ਨਹੀਂ ਤਾਂ ਤੂੰ ਜਦੋਂ ਵੀ ਆਵਾਂਗਾ ਕਦੇ ਵੀ ਆਵੇਗਾ ਬਾਈ ਜੀ ਉਰੀ ਪਹਿਲਾਂ ਕਿਵੇਂ ਬਾਈ ਜੀ ਤੋਂ ਪੁੱਛ ਲਓ ਜਦੋਂ ਆਏ ਸੀ ਮੈਂ ਲਿੱਦ ਇਕੱਠੀ ਕਰ ਰਿਹਾ ਸੀ ਅਤੇ ਮੇਰੀ ਇਹਨਾਂ ਦੀ ਸ਼ਰਤ ਇਹ ਆ ਵੀ ਤੁਸੀਂ ਖਰਖਰਾ ਤੁਸੀਂ ਮਾਰਨਾ ਅਤੇ ਲਿੱਦ ਮੈਂ ਚੱਕਣੀ ਆ ਅੱਛਾ ਲਿੱਦ ਤੁਸੀਂ ਚੱਕਣੀ ਆ ਲਿੱਦ ਲਿੱਦ ਚੱਕਣ ਦਾ ਕੀ ਕਾਰਨ ਸੇਵਾ ਜਾਂ ਕੋਈ ਹੋਰ ਲੌਜਿਕ ਆ ਕਿਉਂਕਿ ਤੁਸੀਂ ਗੱਲ ਲੌਜਿਕ ਨਾਲ ਬਹੁਤ ਕਰਦੇ ਹੋ ਇੱਕ ਤਾਂ ਇਹ ਆ ਵੀ ਛੇਵੇਂ ਪਾਤਸ਼ਾਹ ਦੇ ਬਚਨ ਨੇ ਵੀ ਘੋੜੇ ਨੂੰ ਉਹ ਭਾਈ ਜਾਣ ਕਹਿੰਦੇ ਸੀ ਜਿਵੇਂ ਸਕੂਲ ਦੇ ਵਿੱਚ ਵਰਦੀ ਕੰਪਲਸਰੀ ਹੁੰਦੀ ਆ ਐਵੇਂ ਮਹਾਰਾਜ ਨੇ ਘੋੜੇ ਕੰਪਲਸਰੀ ਕਰਤੇ ਸੀ ਲਿਆਉਣੇ ਘੋੜਿਆਂ ਦੇ ਬਹੁਤ ਜ਼ਿਆਦਾ ਭਾਈ ਜਾਣ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਵੀ ਇੱਕ ਘੋੜੇ ਦੀ ਸੇਵਾ ਕਰਨੀ 100 ਬ੍ਰਹਮ ਗਿਆਨੀਆਂ ਦੀ ਸੇਵਾ ਦੇ ਬਰਾਬਰ ਫਲ ਮੈਂ ਉਹਨੂੰ ਦਊਂਗਾ ਇੱਕ ਘਰੇ ਸਵੇਰੇ ਘੋੜੇ ਨੂੰ ਖਰਖਰਾ ਵੱਜਦਾ ਹੋਵੇ ਘੋੜਾ ਖੁਸ਼ ਹੋਵੇ ਅਤੇ ਦੂਸਰੇ ਦੇ ਘਰੇ ਨਿਤਨੇਮ ਹੁੰਦਾ ਹੋਵੇ ਦੋਨਾਂ ਨੂੰ ਬਰਾਬਰ ਫਲ ਹੈ ਨਿਹੰਗ ਸਿੰਘਾਂ 'ਚ ਦਲਾਂ ਪੰਥਾਂ 'ਚ ਘੋੜਿਆਂ ਦੀ ਸੇਵਾ ਨੂੰ ਬਹੁਤ ਮਹਾਨ ਸੇਵਾ ਮੰਨਦੇ ਨੇ ਅਤੇ ਲਿੱਦ ਦੀ ਸੇਵਾ ਤਾਂ ਮਹਾਨ ਆ ਜਦੋਂ ਤੁਸੀਂ ਨਵਾਬ ਕਪੂਰ ਸਿੰਘ ਨੂੰ ਇੱਕ ਵਾਰ ਛੋਟੇ ਹੁੰਦੇ ਨੂੰ ਗੁਰੂ ਗੋਬਿੰਦ ਸਿੰਘ ਨੇ ਗੋਦੀ 'ਚ ਚੱਕਿਆ ਸੀ ਨਵਾਬ ਕਪੂਰ ਸਿੰਘ ਨੂੰ ਗੋਦੀ 'ਚ ਚੱਕਿਆ ਮਹਾਰਾਜ ਕਹਿੰਦੇ ਉਹ ਮਹਾਰਾਜ ਕਲਾ ਵਰਤਾਉਣੀ ਸੀ ਕਹਿੰਦੇ ਇਹ ਤਾਂ ਸਾਡਾ ਨਵਾਬ ਬਣੂਗਾ ਨਵਾਬ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਪਿਆਨਾ ਕਰ ਗਏ ਉਸ ਤੋਂ ਬਾਅਦ ਨਵਾਬ ਕਪੂਰ ਸਿੰਘ ਵੱਡੇ ਹੋਏ ਕਹਿੰਦੇ ਵੀ ਆਪਣੇ ਮਹਾਰਾਜ ਦਾ ਵਚਨ ਆ ਵੀ ਆਪਣੇ ਇੱਕ ਸਿੱਖ ਕੌਮ ਦਾ ਨਵਾਬ ਵੀ ਥਾਪਣਾ ਉਹ ਕਹਿੰਦੇ ਕਿਹਨੂੰ ਥਾਪਣਾ ਕਹਿੰਦੇ ਕਪੂਰ ਸਿੰਘ ਨੂੰ ਲੈ ਕੇ ਆਓ ਬਹੁਤ ਇਮਾਨਦਾਰ ਹੈ ਕਹਿੰਦੇ ਕੀ ਕਰਦਾ ਉਹ ਕਹਿੰਦੇ ਮਹਾਰਾਜ ਘੋੜਿਆਂ ਨੂੰ ਲਿੱਦ ਚੱਕੀ ਜਾਂਦਾ ਲਿੱਦ ਚੱਕਦਾ ਤੇ ਉਹਨੂੰ ਕਹਿੰਦੇ ਬੁਲਾ ਕੇ ਲਿਆ ਉਹਨੂੰ ਕਹਿੰਦੇ ਵੀ ਤੈਨੂੰ ਸਿੱਖ ਕੌਮ ਦਾ ਨਵਾਬ ਬਣਾਉਣ ਲੱਗਿਆ ਜੀ ਉਹ ਕਹਿੰਦਾ ਮੇਰੀਆਂ ਦੋ ਸ਼ਰਤਾਂ ਨੇ ਜੀ ਵੀ ਨਵਾਬ ਮੈਂ ਬਣ ਜੂੰਗਾ ਪਹਿਲੀ ਸ਼ਰਤ ਮੇਰੀ ਇਹ ਹੈ ਵੀ ਮੈਂ ਮਹਿਲਾਂ 'ਚ ਨਹੀਂ ਰਹੂੰਗਾ ਮੈਂ ਘੋੜਿਆਂ ਦੇ ਚਰਨਾਂ 'ਚ ਰਹੂੰਗਾ ਦੂਸਰੀ ਸ਼ਰਤ ਮੇਰੀ ਇਹ ਆ ਵੀ ਮੈਂ ਸੇਵਾ ਘੋੜਿਆਂ ਦੀ ਲਿੱਦ ਦੀ ਹੀ ਕਰੂੰਗਾ ਓਹੋ ਨਵਾਬ ਹੋ ਕੇ ਗੱਲ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਘੋੜਿਆਂ ਦਾ ਮਾਲਕ ਬਣ ਕੇ ਰਹਿੰਦਾ ਉਹ ਕਾਮਯਾਬ ਨਹੀਂ ਹੁੰਦਾ ਜਿਹੜਾ ਘੋੜਿਆਂ ਦਾ ਸੇਵਾਦਾਰ ਬਣ ਕੇ ਰਹਿੰਦਾ ਉਹ ਕਦੇ ਫੇਲ ਨਹੀਂ ਹੁੰਦਾ ਜਦੋਂ ਆਪਾਂ ਘੋੜੇ ਦੀ ਲਿੱਦ ਚੱਕਦੇ ਹਾਂ ਜਿਹੜਾ ਘੋੜੇ ਦੀ ਲਿੱਦ ਚੱਕ ਕੇ ਦੇਖਦਾ ਜਿਹਨੂੰ ਗਿਆਨ ਹੈ ਜਿਹੜਾ ਘੋੜੇ ਦੀ ਲਿੱਦ ਚੱਕ ਹੀ ਦੱਸ ਦਿੰਦਾ ਵੀ ਘੋੜੇ ਨੂੰ ਹੁਣ ਪਾਣੀ ਦੀ ਲੋੜ ਆ ਜਾਂ ਘੋੜਾ ਹਰਿਆ ਵੱਧ ਖਾ ਰਿਹਾ ਜਾਂ ਦਾਣਾ ਵੱਧ ਖਾ ਰਿਹਾ ਜਾਂ ਘੱਟ ਖਾ ਰਿਹਾ ਪਰ ਲਿੱਦ ਸ਼ਰਤ ਇਹ ਆ ਵੀ ਪੰਜੀ ਨਾਲ ਨਹੀਂ ਮੈਂ ਤਾਂ ਇਹਨਾਂ ਨੂੰ ਇਹ ਸਾਡੇ ਨੌਕਰ 'ਚ ਪੰਜੀ ਨਾਲ ਚੱਕ ਰਿਹਾ ਮੈਂ ਹੱਥਾਂ ਨਾਲ ਚੱਕਦਾ ਮੈਂ ਲਿੱਦ ਫੋਲ ਕੇ ਦੇਖਦਾ ਉਹ 'ਚੋਂ ਸਮੈਲ ਆਉਂਦੀ ਆ ਤਾਂ ਪੇਟ ਖਰਾਬ ਆ ਸਮੈਲ ਨਹੀਂ ਆਉਂਦੀ ਤਾਂ ਉਹ ਆ ਜਿਹੜਾ ਕੁੱਲ ਮਿਲਾ ਕੇ ਜਿਹੜਾ ਬੰਦਾ ਲਿੱਦ ਹੱਥੀਂ ਚੱਕੂਗਾ ਉਹ ਕਦੇ ਟੀਕਾ ਚੱਕਣ ਦੀ ਲੋੜ ਨਹੀਂ ਪੈਂਦੀ ਓਏ ਹੋਏ ਹੋਏ ਟੀਕਾ ਚੱਕਣ ਦੀ ਲੋੜ ਉਹਨਾਂ ਨੂੰ ਪੈਂਦੀ ਜਿਹੜੇ ਲਿੱਦ ਨਹੀਂ ਚੱਕਦੇ ਦੂਸਰੀ ਗੱਲ ਇਹ ਹੈ ਵੀ ਇਹ ਦਾਤੇ ਨੇ ਜੀ ਆਪਾਂ ਇਹਨਾਂ ਤੋਂ ਲੈਣਾ ਜੀ ਆਪਾਂ ਇਹਨਾਂ ਦੀ ਸੇਵਾ ਕਰਨੀ ਹੈ ਜਿੰਨਾ ਖਰਚਾ ਤੁਸੀਂ ਆਪਣੇ ਤੇ ਇੱਕ ਦਿਨ ਤੇ ਕਰਦੇ ਹੋ ਉਦੋਂ ਡਬਲ ਖਰਚਾ ਤੁਹਾਨੂੰ ਘੋੜੇ ਤੇ ਕਰਨਾ ਚਾਹੀਦਾ ਦੂਸਰੀ ਗੱਲ ਜਿੱਥੇ ਤੁਸੀਂ ਆਪ ਸੌਂਦੇ ਹੋ ਜੇ ਤੁਸੀਂ ਆਪ ਬੈੱਡ ਤੇ ਗੱਦੇ ਤੇ ਸੌਂਦੇ ਹੋ ਤਾਂ ਤੁਹਾਡਾ ਘੋੜਾ ਵੀ ਪੂਰੇ ਐਨ ਵਧੀਆ ਆਸਣ ਕੱਕਾ ਰੇਤਾ ਪਿਆ ਹੋਵੇ ਵਧੀਆ ਪੋਲਾ ਹੋਵੇ ਛੜਕਾ ਕੀਤਾ ਹੋਵੇ ਘੋੜੇ ਦੇ ਦੋ ਟਾਈਮ ਖਰਖਰਾ ਵੱਜਦਾ ਹੋਵੇ ਜਿਹੜਾ ਘੋੜਿਆਂ ਨੂੰ ਸੇਵਾ ਸਮਝ ਕੇ ਕਰਦਾ ਅਤੇ ਉਹ ਆਪੇ ਦਾਤਾ ਉਹਦੀ ਬਾਂਹ ਫੜ ਲੈਂਦਾ ਸੱਚੇ ਬਾਬਾ ਜੀ ਤੁਸੀਂ ਤਾਂ ਤੁਸੀਂ ਇਹ ਚੀਜ਼ ਨੂੰ ਵੀ ਦੇਖਿਆ ਹੋ ਫਿਰ ਤਾਂ ਇਸ ਹਿਸਾਬ ਨਾਲ ਕਿਉਂਕਿ ਤਕਰੀਬਨ ਆਪਣਾ ਸਫ਼ਰ ਇੱਕੋ ਜਿਹਾ 3 ਸਾਲ ਹੀ ਤੁਹਾਨੂੰ 3 ਸਾਲ ਹੀ ਹਾਂ ਜੋ ਕਈ ਜਦੋਂ ਘੋੜਾ ਲਿੱਦ ਕਰਦਾ ਤਾਂ ਘੋੜਾ ਲਿੱਦ ਨੂੰ ਸਮੈਲ ਕਰਦਾ ਹਾਂ ਬਿਲਕੁਲ ਵੀ ਮੈਨੂੰ ਤਾਂ ਐਂ ਲੱਗਦਾ ਵੀ
ਉਹ ਘੋੜਾ ਵੀ ਸ਼ਾਇਦ ਵੇਖਦਾ ਹੈ ਕਿ ਮੈਨੂੰ ਕਿਹੜੀ ਚੀਜ਼ ਦੀ ਕਮੀ ਆ। ਕਮੀ ਮੈਂ ਤੁਹਾਨੂੰ ਦੱਸਦਾ, ਕੁਦਰਤ ਹੈ ਨਾ ਜਿਹੜੀ, ਜਦੋਂ ਵੀ ਆਪਾਂ ਕਹਿ ਦਿੰਦੇ ਹਾਂ ਵੀ ਯਾਰ ਆਹ ਕੰਮ ਮਾੜਾ ਹੋ ਗਿਆ, ਕੁਦਰਤ ਉਹ ਮਾੜਾ ਕੰਮ ਹੋਣ ਤੋਂ ਪਹਿਲਾਂ ਤੁਹਾਨੂੰ ਇੱਕ ਸਿਗਨਲ ਦਿੰਦੀ ਆ ਜੀ, ਉਹ ਸਿਗਨਲ ਸੰਕੇਤ ਦਿੰਦੀ ਆ, ਇੱਕ ਮੌਕਾ ਦਿੰਦੀ ਆ ਵੀ ਇੱਕ ਮੌਕਾ ਦਿੰਦੀ ਆ। ਜਿਵੇਂ ਆਪਾਂ ਨੇ ਅੱਜ ਲਿੱਦ ਦੇਖ ਲਈ ਜੀ, ਮੰਨ ਲਓ ਲਿੱਦ ਪਤਲੀ ਆ ਜੀ, ਉਹਦੇ ਸ਼ਾਮ ਨੂੰ ਆਪਾਂ ਨੇ ਦਾਣੇ ਦੇ ਵਿੱਚ ਉਹਦੀ ਉਹ ਟਰੀਟਮੈਂਟ ਪਾਉਣਾ ਹੈ, ਸੌਂਫ ਜਮੈਣ ਪਾਉਣੀ ਹੈ, ਹਲਦੀ ਪਾਉਣੀ ਹੈ, ਅਤੇ ਆਪਾਂ ਉਹਨੂੰ ਲੈਕਟੀਫੋਰ ਦੀ ਪੂੜੀ ਪਾਉਣੀ ਆ। ਜੇ ਆਪਾਂ ਨੇ ਜਾਣ ਕੇ ਵੀ ਉਦੋਂ ਬਾਅਦ 2 ਦਿਨ ਲੰਘਾਤੇ ਫਿਰ ਤਾਂ ਨੁਕਸਾਨ ਹੋਣਾ ਹੀ। ਜਾਣੀ ਸੰਕੇਤ ਕੁਦਰਤ ਦਿੰਦੀ ਹੀ ਦਿੰਦੀ ਆ, ਬਸ ਉਹ ਸੰਕੇਤ ਨੂੰ ਸਮਝਣਾ ਹੁੰਦਾ, ਉਹ ਕਿਸੇ ਬੰਦੇ ਦੇ ਰੂਪ 'ਚ ਆ ਸਕਦਾ, ਉਹ ਕੁਦਰਤੀ। ਘੋੜਾ ਆਪਣੇ ਆਪ ਹੀ ਸੰਕੇਤ ਦੇ ਦਿੰਦਾ ਵੀ ਮੈਨੂੰ ਹੁਣ ਆਹ ਚੀਜ਼ ਘੱਟ ਪੈ ਰਹੀ ਆ। ਅਸੀਂ ਜਿਸ ਦਿਨ ਦੀਆਂ ਘੋੜੀਆਂ ਲਈਆਂ ਨੇ ਕੀ ਕਹਿਣਾ, ਕਦੇ ਉਹ ਵੀ ਸ਼ੱਕ ਦੇ ਆਧਾਰ ਤੇ ਵੀ ਯਾਰ ਵੱਡਾ ਜਾਨਵਰ ਆ, ਅਸੀਂ ਕਦੇ ਟੀਕੇ ਹੀ ਨਹੀਂ ਚੱਕ ਕੇ ਦੇਖਿਆ। ਕੋਈ ਜਿਵੇਂ ਪੈਚ ਦੇ ਇੰਜੈਕਸ਼ਨ ਤਾਂ ਇੱਕ ਦੋ ਲਾਉਣੇ ਹੋਣਗੇ, ਪਰ ਦਰਦ ਦੁਰਦ ਵਾਲਾ ਤਾਂ ਅਸੀਂ ਕਦੇ ਹੋਇਆ ਹੀ ਨਹੀਂ। ਕਾਰਨ ਕੀ ਆ, ਮੈਂ ਸ਼ੁਰੂ ਤੋਂ ਲਿੱਦੀ ਆਪ ਦੇਖਦਾ, ਲਿੱਦੀ ਚੱਕਦੇ ਹਾਂ। ਇਹ ਤਾਂ ਕੁੜਤਾ ਚਾਦਰਾ ਜਿੰਦਗੀ ਦੇ ਵਿੱਚ ਮੈਂ ਸਵੇਰੇ ਛਕੇ ਹੀ ਹੈ, ਜਿੱਦਾਂ ਦੇ ਮੇਰੇ ਘਰੇ ਘੋੜੇ ਆਏ ਨੇ ਮੈਂ 24 ਘੰਟਿਆਂ 'ਚ ਇੱਕ ਟਾਈਮ ਹੀ ਛਕਦਾ। ਹਾਂ, ਜੇ 2 ਬਾਹਲਾ ਖਾਂਦੇ ਸੁਸਤੀ ਪੈਂਦੀ ਆ ਫਿਰ ਸੇਵਾ ਨਹੀਂ ਹੁੰਦੀ। ਫਿਰ ਉੱਧਰ ਮਰੀਜ਼ ਵੀ ਪਏ ਨੇ 60-70, ਤੁਸੀਂ ਉਹ ਵੀ ਦੇਖੇ ਹੋ। ਬਾਕੀ ਇਹ ਆ ਜੀ, ਘੋੜੀਆਂ ਦਾਤੇ ਨੇ ਸ਼ੁਰੂ ਤੋਂ ਦੇਖੋ ਜੀ, ਰਿਸਕ ਤਾਂ ਲੈਣਾ ਹੀ ਪੈਂਦਾ ਜੀ। ਰਿਸਕ 'ਚ ਜੋ ਤੁਸੀਂ ਰਿਸਕ ਲੈਂਦੇ ਹੋ, ਜਾਂ ਫਿਰ ਉੱਡੋਗੇ ਜਾਂ ਫਿਰ ਡੁੱਬੋਗੇ, ਪਰ ਰਿਸਕ ਤੁਸੀਂ ਜੇ ਲੈਂਦੇ ਹੋ ਤਾਂ ਆਪਣਾ 100% ਉਸ ਕੰਮ 'ਚ ਦਵੋ ਜੀ। ਪਰਮਾਤਮਾ ਐਡਾ ਵੀ ਉਹ ਨਹੀਂ ਹੁੰਦਾ, ਉਹ ਤੁਹਾਡੀ ਹਰ ਇੱਕ ਚੀਜ਼ ਨੋਟ ਕਰਦਾ, ਤੁਹਾਡੇ ਮਨ ਦੀ ਉਹ ਕਰਦਾ। ਹੁਣ ਲੋਕਾਂ ਨੂੰ 30-30 ਸਾਲ ਹੋ ਗਏ ਬਰੀਡਿੰਗ ਕਰਦਿਆਂ ਨੂੰ, ਘੋੜਾ ਚੈਂਪੀਅਨ ਨਹੀਂ ਬਣਿਆ, ਨਹੀਂ ਬਣਿਆ। ਆਪਣਾ ਸ਼ੋਅ ਵੀ ਪਹਿਲਾਂ ਸੀ ਜੀ, ਘੋੜਾ ਵੀ ਆਪਾਂ ਨੇ 2.5 ਸਾਲ ਦੇ ਵਿੱਚ ਜਾ ਕੇ ਚੈਂਪੀਅਨ ਬਣਾਤਾ ਆਲ ਇੰਡੀਆ ਜੀ। ਇਹ ਅਕਾਲ ਪੁਰਖ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਕਿਰਪਾ ਹੈ, ਬੜੇ ਚੌਪਈ ਸਾਹਿਬ ਦੇ ਪਾਠ ਕਰੇ ਸੁੱਖੇ। ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਦੱਸੂਗਾ, ਅਤੇ ਜਿੱਦੇ ਆਪਣਾ ਘੋੜਾ 2 ਦੰਦ ਜਿੱਤਿਆ ਅਤੇ ਮੈਂ ਬੜੇ ਪਾਠ ਕੀਤੇ, ਅਤੇ ਜਦੋਂ ਚੈਂਪੀਅਨਸ਼ਿਪ ਜਿੱਤ ਗਿਆ ਉਦੋਂ ਵੀ ਮੈਂ ਪਹਿਲਾਂ ਬੜੇ ਪਾਠ, ਦੁੱਲੇ ਨੂੰ ਹਰਾਇਆ ਅਤੇ ਉਹਨੂੰ ਹਰਾਇਆ ਆਪਣੇ ਨੂੰ ਜੀ, ਘੋੜੀ ਸੀ, ਘੋੜੀ ਬੀਰਾਂ ਸੀ ਬੀਰਾਂ। ਉਸ ਦਿਨ ਤਾਂ ਬੜੇ ਪਾਠ ਕੀਤੇ, ਦੂਸਰੇ ਦਿਨ ਲੋਕਾਂ ਦੀਆਂ ਵਧਾਈਆਂ ਵਧੂਈਆਂ ਲੈਣ ਦੇ ਚੱਕਰ 'ਚ ਖੁਸ਼ੀ 'ਚ ਭੁੱਲੇ ਗਏ ਕਰਨਾ ਜੀ। ਉਹ ਰਾਤ ਨੂੰ ਨਾ 11 ਵਜੇ ਕਿਤੇ ਮੇਰੇ ਯਾਦ ਆ ਗਿਆ ਵੀ ਓਏ ਤੂੰ ਤਾਂ ਸ਼ੁਕਰ ਤਾਂ ਕੀਤਾ ਨਹੀਂ, ਭੁੱਲੇ ਗਿਆ ਜੀ। ਉਹ ਕਿਤੇ ਮੇਰੇ ਅਰਦਾਸ ਕਰਦੇ ਕਰਦੇ ਜਦੋਂ ਮੈਂ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਮਨ ਵਿੱਚ ਬਰਾਗ ਆ ਗਿਆ। ਫਿਰ ਮੈਂ 40 ਮਿੰਟ ਰੋਈਏ ਗਿਆ, ਇੱਕੋ ਗੱਲ ਕਹੀ ਗਿਆ ਵੀ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ। 35-40 ਮਿੰਟ ਰੋਈਏ ਗਿਆ ਮੈਂ। ਇੱਕ ਹੁੰਦਾ ਸੰਸਾਰ ਦਾ ਰੋਣਾ ਕਿ ਮੇਰੀ ਜੀ ਜਨਾਨੀ ਭੱਜ ਗਈ, ਮੇਰੀ ਜੀ ਕੋਠੀ ਵਿਕ ਗਈ, ਮੇਰਾ ਜੀ ਆਹ ਹੋ ਗਿਆ। ਇੱਕ ਹੁੰਦਾ ਰੱਬ ਦੇ ਆਪਦੀ ਗੁਰੂ ਪੈਗੰਬਰ ਦੀ ਯਾਦ 'ਚ ਰੋਣਾ, ਆਪਣੇ ਮੁਰਸ਼ਦ ਦੀ ਯਾਦ 'ਚ ਰੋਣਾ। ਜਦੋਂ ਰੱਬ ਦੀ ਯਾਦ 'ਚ ਰੋਣ ਲੱਗ ਗਏ, ਇੱਕ ਹੰਝੂ ਗਿਰ ਗਿਆ, ਸਮਝ ਲਓ ਰੱਬ ਨੇ ਤੁਹਾਡੀ ਬਾਂਹ ਫੜ ਲਈ। ਅਸੇ ਸਿਗਨਲ ਰੱਬ ਦੀ ਤੁਸੀਂ ਆਪ ਵੀ ਕਦੇ, ਮੈਂ ਸਿੱਖਾਂ ਨੂੰ ਵੀ ਬੇਨਤੀ ਕਰਦਾ, ਕਦੇ ਵੀ ਤੁਹਾਨੂੰ ਪਏ ਨੂੰ ਬਿਨਾਂ ਕਿਸੇ ਗੱਲ ਤੋਂ ਸਾਹਿਬਜ਼ਾਦਿਆਂ ਦੀ ਗੱਲ ਯਾਦ ਕਰਕੇ ਤੁਸੀਂ ਰੋ ਪਏ, ਸਮਝ ਲਓ ਗੁਰੂ ਗੋਬਿੰਦ ਸਿੰਘ ਨੇ ਤੁਹਾਡੀ ਬਾਂਹ ਫੜ। ਮੂੰਹ ਦਾ ਬੋਲਿਆ ਕੰਨਾਂ ਤੱਕ ਜਾਂਦਾ, ਦਿਮਾਗ ਤੋਂ ਬੋਲਿਆ ਦਿਮਾਗ ਤੱਕ ਜਾਂਦਾ, ਦਿਲ ਤੋਂ ਬੋਲਿਆ ਦਿਲ ਤੱਕ ਜਾਂਦਾ, ਆਤਮਾ ਤੋਂ ਬੋਲਿਆ ਪਰਮਾਤਮਾ ਤੱਕ ਜਾਂਦਾ। ਇਹ ਚੀਜ਼ ਆ ਜੀ। ਬਾਕੀ ਆਪਾਂ ਘੋੜਿਆਂ ਦੀ ਗੱਲਬਾਤ ਸ਼ੁਰੂ ਕਰੀਏ, ਲੈ ਵੀ ਹੁਣ ਆਪਾਂ ਘੋੜਿਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ। ਬਾਬਾ ਜੀ ਆਹ ਘੋੜੀ ਸੋਹਣੀ ਅਵਲਾ ਘੋੜੀਆਂ ਮੈਂ ਵੇਖਦਾ, ਵੈਸੇ ਮੇਰੀ ਮਤਲਬ ਚੋਇਸ ਆ, ਮੈਨੂੰ ਅਵਲਾ ਘੋੜੀ ਬਹੁਤ ਪਸੰਦ, ਮੈਨੂੰ ਵੀ ਬਹੁਤ ਪਸੰਦ। ਅਵਲਾ ਘੋੜੀ ਪਸੰਦ ਆਉਂਦੀ ਹੈ ਤੇ ਫਿਰ ਕਾਲੀ ਅਵਲਕ ਹੋਵੇ ਤਾਂ ਫਿਰ ਉਹ ਉਦੋਂ ਵੀ ਮਤਲਬ ਨੈਕਸਟ ਲੈਵਲ ਬਣ ਜਾਂਦਾ, ਨੈਕਸਟ ਲੈਵਲ ਬਣ ਜਾਂਦਾ। ਇਹ ਕਾਲੀ ਅਵਲਕ ਵੀ ਹੈ ਨਾ, ਇਹ ਖੁੱਲੀ ਅਵਲਕ ਹੈ ਨਾ, ਇਹ ਬੰਦ ਅਵਲਕ ਆ, ਇਹ ਤਾਂ ਜਿਵੇਂ ਸਕੈਚ ਬਣਾਇਆ ਨਾ, ਦੇਖੋ ਪ੍ਰੋਪਰ ਮੱਥੇ ਪਟਾ ਜੀ, ਮੂੰਹ ਬਾਕੀ ਕਾਲਾ ਜੀ, ਆਹ ਦੇਖੋ ਸ਼ਕੇਲ ਲਾਓ ਉਰੇ ਫਟਾ, ਇਹਨੂੰ ਆਪਾਂ ਕਹਿੰਦੇ ਆ ਜੀ, ਜਿੰਨੇ ਪੈਰ ਕਾਲੇ ਉਨੇ ਪੈਰ ਚਿੱਟੇ ਜੀ, ਪਿਛਲੇ ਦੋਨੇ ਪੈਰਾਂ ਤੇ ਦੇਖੋ ਜਿੰਨੇ ਪੈਰ ਕਾਲੇ ਜੀ, ਬਾਕੀ ਥੱਲੇ ਚਿੱਟੇ ਜੀ, ਵਾਹ। ਮਤਲਬ ਚਾਰੇ ਪੈਰ ਦੇਖੋ ਤੁਸੀਂ ਜੀ, ਤੇ ਗਰਦਨ ਤੇ ਅਵਲਕ ਦੇ ਜਿਹਦੇ ਵਾਲ ਵਾਈਟ ਹੋਣ ਉਹ ਬਾਹਲੀ ਸੁੰਦਰ ਲੱਗਦੀ। ਸੋ ਜਿਹੜੇ ਆਹ ਦੇਖੋ, ਆਹ ਇੱਕ ਆਹ ਦੇਖੋ, ਆਹ ਜਿਹੜੀ ਹੈਗੀ ਆ ਇੱਕ ਵਿੱਚ ਕਾਲੀ ਆ, ਤੇ ਇਹ ਇਹ ਬਹੁਤ ਕਮਾਲ। ਇੱਕ ਤਾਂ ਨੁਕਰੇ ਦੇ ਵਾਲ ਹੁੰਦੇ ਆ ਇਹ ਨਾ, ਹਲੇ ਕਦੇ ਕਦੇ ਇੱਕ ਜਿਵੇਂ ਚਾਂਦੀ ਚਮਕਦੀ ਆ ਇਹਦੇ ਵਾਲਾਂ ਚਮਕਦੇ ਹੁੰਦੇ ਆ,
ਤੇ ਦੂਸਰੀ ਗੱਲ ਜਿਵੇਂ ਕੁਦਰਤ ਨੇ ਸਕੈਚ ਬਣਾਇਆ ਹੁੰਦਾ ਇਹ ਕੁੜੀ ਸੁਖਵੀਰ ਬਾਦਲ ਦੇ ਫਾਰਮ ਚ ਬਰੀਡ ਹੋਈ ਆ ਜੀ ਜਿਹੜੀ ਬਾਦਲ ਸਾਹਿਬ ਕੋਲ ਅਵਲਕ ਸੀ ਜੀ ਤੇ ਇਹਦਾ ਪਿਓ ਆ ਸਿੱਧ ਰਾਜ ਜਿਹੜਾ ਰਿਲਾਇੰਸ ਵਾਲੇ ਲੈ ਗਏ ਅੰਬਾਨੀ ਕੇ ਜੀ ਤੇ ਪੈਲਸ ਲੈਨ ਹੈ ਹੀ ਬਾਹਲੀ ਤਕੜੀ ਅਵਲਕ ਘੋੜੇ ਹੈ ਹੀ ਉਹਨਾਂ ਦੇ ਸਿੱਧ ਰਾਜ ਤਾਂ ਘੋੜਾ ਹੀ ਬਾਹਲਾ ਚੰਗਾ ਸੀ ਇਹ ਉਹਦੀ ਡਾਇਰੈਕਟ ਧੀ ਆ ਉਦੈਪੁਰ ਪੈਲਸ ਲੈਨ ਬਾਬਾ ਜੀ ਇਉਂ ਆ ਨਾ ਵੀ ਜੇ ਆਪਾਂ ਉਦੈਪੁਰ ਪੈਲਸ ਲੈਨ ਦੀ ਗੱਲ ਕਰੀਏ ਤਾਂ ਉਹ ਮਹਾਰਾਜਿਆਂ ਦੇ ਘੋੜੇ ਆ ਤੇ ਸਭ ਤੋਂ ਜ਼ਿਆਦਾ ਦਲੇਰ ਆ ਦਲੇਰ ਰਾਜਾ ਬੰਦਾ ਮਾੜਾ ਘੋੜਾ ਨਹੀਂ ਰੱਖਦਾ ਨਹੀਂ ਰੱਖਦਾ ਬਿਲਕੁਲ ਬਿਲਕੁਲ ਦਲੇਰ ਘੋੜਾ ਰੱਖਦਾ ਦਲੇਰ ਘੋੜਾ ਰੱਖਦਾ ਜੀ ਜੰਗੀ ਘੋੜਾ ਰੱਖਦਾ ਰਾਜੇ ਘੋੜਾ ਰੱਖਦਾ ਬਿਲਕੁਲ ਜੀ ਬਿਲਕੁਲ ਰਾਜੇ ਨੇ ਜਿਵੇਂ ਆਪਣੇ ਮਤਲਬ ਨਿਹੰਗ ਸਿੰਘਾਂ ਦੇ ਜਿਹੜੇ ਘੋੜੇ ਆ ਉਹਨਾਂ ਕੋਲੇ ਭਾਵੇਂ ਬੰਬ ਚਲਾਈ ਜਾ ਹਾਂ ਉਹਨਾਂ ਨੂੰ ਕੋਈ ਮਤਲਬ ਨਹੀਂ ਟਰੱਕ ਹਾਰਨ ਵਾ ਹੁਣ ਆਪਾਂ ਇੱਥੇ ਮਾੜੀ ਗੋਲੀ ਚਲਾ ਦਈਏ ਜਾਂ ਫਾਰਮ ਵਾਲੀਆਂ ਘੋੜੀਆਂ ਕੋਈ ਮੰਨ ਲਓ ਕਿਸੇ ਨੇ ਛਿੱਕ ਵੀ ਮਾਰਤੀ ਡਰ ਜਾਂਦੀਆਂ ਬੱਚਾ ਸੱਟ ਜਾਂਦਾ ਪਰ ਨਿਹੰਗ ਵਾਲਿਆਂ ਦੇ ਟਰੱਕ ਲੰਘੀ ਜਾਣ ਜੀ ਉਹਨਾਂ ਦਾ ਡਰੇ ਖੁਦ ਡਰੇ ਖੁੱਲਿਆ ਹੁੰਦਾ ਉਹ ਉਦੈਪੁਰ ਪੈਲਸ ਲੈਨ ਮੈਂ ਦੇਖਿਆ ਉਦੈਪੁਰ ਪੈਲਸ ਲੈਨ ਦੇ ਘੋੜੇ ਬਹੁਤ ਦਲੇਰ ਆ ਹਾਂ ਇਹ ਤਾਂ ਦਲੇਰੀ ਆ ਜਿਹੜੀ ਇੱਕ ਚੀਜ਼ ਹੋਰ ਵੀ ਦਿਖਾਵਾਂ ਤੁਹਾਨੂੰ ਦੇਖਿਓ ਅੱਗੇ ਹੁਣ ਤਾਂ ਖੈਰ ਆ ਦੇਖੋ ਆਪਣਾ ਆ ਉਰੇ ਫੜ ਲਿਆ ਹੁਣ ਤੁਸੀਂ ਦੇਖਿਓ ਵੀ ਮੇਰੇ ਨਾਲ ਨਾਲ ਚੱਲਣਾ ਇਹਨੇ ਇਹ ਦੇਖਿਓ ਹਜੇ ਮੈਂ ਬਹੁਤ ਸਾਲ ਕਰਿਆ ਨਹੀਂ ਹੁਣ ਘੋੜਿਆਂ ਨੂੰ ਉਹ ਨਾ ਹੋ ਜੇ ਹੱਥ ਸੜਤਾ ਦੇਖਿਓ ਬਾਜੀ ਆ ਜਾ ਪੁੱਤ ਆ ਜਾ ਮੇਰਾ ਪੁੱਤ ਆ ਜਾ ਆ ਜਾ ਇਹਦਾ ਮਨ ਦੀ ਡੋਰ ਮਲਾ ਪ੍ਰੀਤ ਆ ਜਾ ਪੁੱਤ ਆ ਜਾ ਚੱਲ ਪੁੱਤ ਮੁੜ ਆ ਜਾ ਮੁੜ ਆ ਜਾ ਪੁੱਤ ਮੁੜ ਆ ਜਾ ਮੁੜ 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 ਪੁੱਤ ਆ ਜਾ ਅਸਾਂ ਸੁਖਜਿੰਦਰ ਜਿੱਥੇ ਮੈਂ ਖੜੂੰਗਾ ਜੇ ਇੱਕ ਵੀ ਪੈਰ ਗਾਹਾਂ ਪਾ ਪੁੱਤ ਆ ਜਾ ਮੁੜ ਮੁੜ ਪੁੱਤ ਮੁੜ ਮੁੜ ਜਿੱਥੇ ਮੈਂ ਖੜ ਗਿਆ ਉੱਥੇ ਖੜ ਜਾਣਾ ਦੇਖ ਲਈ ਖੜ ਜਾ ਪੁੱਤ ਓਏ ਓਏ ਹੋਏ 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 ਪੈਰ ਦੇਖ ਲੈ ਸੁਖਜਿੰਦਰ ਦੋਨਾਂ ਨੇ ਚਾਹੇ ਸਕੇਲ ਨਾ ਮਿਲਣਾ ਇੱਕ ਵੀ ਡੈਂਗ ਉੱਤੇ ਨਹੀਂ ਜਾਊ ਨਾ ਆਹ ਦੇਖ ਬ੍ਰੀਤ ਦੇਖ ਆਹ ਦੇਖ ਉਹ ਵੀ ਦੋਨੇ ਬਰਾਬਰ ਹੈ ਇਹ ਵੀ ਦੋਨੇ ਬਰਾਬਰ ਹੈ ਰੰਗ ਆਪਣੇ ਵਾਲੇ ਨੇ ਇੱਕ ਹੋਰ ਦੇਖ ਲਓ ਤੁਸੀਂ ਚੱਲ ਪੁੱਤ ਆ ਜਾ ਤੁਸੀਂ ਇਹ ਦੇਖ ਲਓ ਜਦੋਂ ਆਪਾਂ ਖੜੂਗਾ ਮੈਂ ਇਹਨੇ ਉਦੋਂ ਹੀ ਖੜਨਾ ਐਂ ਸੈਰ ਕਰਨ ਵਾਗੇ ਮੰਨ ਲਓ ਨਾਲ ਇਹ ਨਹੀਂ ਵੀ ਘੋੜੀ ਫੜਨ ਦੀ ਲੋੜ ਆ ਤੁਸੀਂ ਬਸ ਇਹਨੂੰ ਐਂ ਨਾਲ ਤੋਰੀ ਚਲੋ ਆ ਜਾ ਪੁੱਤ ਆ ਜਾ ਨਾਲ ਤੋਰੀ ਚਲੋ ਆਪੇ ਲੈ ਚੱਲ ਪੁੱਤ ਮੁੜ ਜਾ ਆ ਜਾ ਮੁੜ ਜਾ ਪੁੱਤ ਮੁੜ ਜਾ ਹੁਣ ਜਿੱਥੇ ਮੈਂ ਖੜੂੰਗਾ ਦੇਖਿਓ ਉੱਥੇ ਹੀ ਖੜੂਗੀ ਇੱਕ ਡਿੰਗ ਵੀ ਗਾਹਾਂ ਨਹੀਂ ਪੱਟਣੀ ਹਟ ਜਾ ਪੁੱਤ ਓਏ ਹਜੇ ਪਹਿਲੀ ਘੋੜੀ ਕੱਢੀ ਆ ਆਪਾਂ ਨੇ ਜੀ ਇਹ ਚੀਜ਼ਾਂ ਤੁਹਾਨੂੰ ਦੱਸਣਗੀਆਂ ਵੀ ਬਾਬਾ ਜੀ ਸਰਦਾਰ ਬਣ ਕੇ ਰਹਿੰਦੇ ਨੇ ਜਾਂ ਨੌਕਰ ਬਣ ਕੇ ਰਹਿੰਦੇ ਸੇਵਾ ਕਰਦੇ ਆ ਜਾਂ ਸੇਵਾ ਕਰਾਉਂਦੇ ਆ ਇਹ ਚੀਜ਼ ਆ ਜੀ ਕਾਮਯਾਬੀ ਕੋ ਉੱਤੋਂ ਨਹੀਂ ਗਿਰਦੀ ਕਾਮਯਾਬੀ ਨੂੰ ਕਮਾਉਣਾ ਪੈਂਦਾ ਆਪਣੇ ਇੰਡੀਆ 'ਚ ਇੱਕੇ ਚੀਜ਼ ਮਾੜੀ ਆ ਜੀ ਜੀ ਮਿਹਨਤ ਕਰਨ ਤੋਂ ਆਪਣੇ ਪੰਜਾਬੀ ਡਰਦੇ ਨਹੀਂ ਜੀ ਮੈਂ ਕਹਿੰਦਾ ਜੀ ਮੈਂ ਦਿਨ ਰਾਤ 24 ਘੰਟਿਆਂ 'ਚ 23 ਘੰਟੇ ਮਿਹਨਤ ਕਰੂੰਗਾ ਮੇਰਾ ਸੁਪਨਾ ਵੀ ਮੈਂ ਪੰਜਾਬ ਦਾ ਸਭ ਤੋਂ ਤਕੜੀ ਬਰੀਡ ਪਾਲਾਂ ਜੀ ਤੇ ਮੈਂ ਦਿਨ ਰਾਤ ਇੱਕ ਕਰਕੇ ਮਿਹਨਤ ਕਰੂੰਗਾ ਦਿਨ ਰਾਤ ਇੱਕ ਕਰਕੇ ਸਾਣ ਤਿਆਰ ਕਰੂੰਗਾ ਸਾਰੇ ਆਸ਼ਰਮ ਦਾ ਖਰਚਾ ਘੋੜਿਆਂ 'ਚੋਂ ਚਲਾਊਂਗਾ ਪਰ ਬਾਈ ਜੀ ਉਹਦਾ ਕੀ ਕਰੀਏ ਜੇ ਘੋੜਾ ਬਾਹਰ ਬੰਨ ਤਾਂ ਕੋਈ ਜ਼ਹਿਰ ਹੀ ਖਵਾ ਜ਼ਹਿਰ ਹੀ ਦੇ ਗਿਆ ਜਦੋਂ ਪਿੱਛੇ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਚੀਜ਼ਾਂ ਦਾ ਆਪਣੇ ਲੋਕਾਂ 'ਚ ਧਾਰਮਿਕ ਵੀ ਆਪਣੇ ਲੋਕ ਜ਼ਿਆਦਾ ਆਪਦੇ ਆਪ ਨੂੰ ਖਵਾਉਂਦੇ ਨੇ ਅਤੇ ਜ਼ਹਿਰ ਵੀ ਸਾਰਿਆਂ 'ਚ ਆਪਣੇ ਲੋਕਾਂ 'ਚ ਜ਼ਿਆਦਾ ਭਰੀ ਹੋਈ ਆ ਮੈਂ ਤੁਹਾਨੂੰ ਉਹ ਕੰਧ ਦਿਖਾਊਂਗਾ ਪਲਸਤਰ ਕਰੀ ਹੋਈ ਤੂਫਾਨ ਦੀ ਘੋੜੀ ਸੀਗੀ ਪੇਟ 'ਚ ਬੱਚਾ ਸੀ 10 ਮਹੀਨਿਆਂ ਦਾ ਉਹ ਪਲਸਤਰ ਕੀਤੀ ਹੋਈ ਕੰਧ ਸੀਗੀ ਅਤੇ ਜਦੋਂ ਉਹਨੂੰ ਸਲਫਾਸ ਖਵਾਈ ਆ ਅਤੇ ਉਹਨੇ ਲੱਤਾਂ ਮਾਰ ਮਾਰ ਕੇ ਸਾਰੀ ਕੰਧ ਦੇੜ ਕੇ ਵਿੱਚੋਂ ਇੱਟਾਂ ਖੋਰਤੀਆਂ ਅਤੇ ਨਾਲ ਹੀ ਇੱਕ ਲਾਲ ਰਤਨ ਦੀ ਇਹਦੀ ਵਛੇਰੀ ਸੀ ਇਸ ਦੀ ਪਹਿਲੀ ਵਛੇਰੀ ਸੀ ਜਿਹੜੀ ਤੁਸੀਂ ਹੁਣ ਘੋੜੀਏ ਦੇਖ ਲਓ ਕਿੰਨੀ ਚੰਗੀ ਆ ਅਤੇ ਪਹਿਲੀ ਵਛੇਰੀ ਸੀ ਉਹ 18 ਮੰਥ ਦੀ ਹੋ ਗਈ ਅਤੇ ਸ਼ੋਅ 'ਚ ਪਾਉਣਾ ਸੀ ਕੋਈ ਜੱਜ ਉਹਨੂੰ ਪਹਿਲਾਂ ਦੂਜੇ ਤੀਜੇ ਤੋਂ ਕੱਢ ਨਹੀਂ ਸੀ ਸਕਦਾ ਅਤੇ ਪੈਸੇ ਵੀ ਉਹਦੇ 25-30 ਲੱਖ ਰੁਪਏ ਤੋਂ ਉੱਪਰ ਲੱਗ ਗਿਆ ਸੀ ਅਤੇ ਉਹਨੂੰ ਵੀ ਜ਼ਹਿਰ ਪਾ ਕੇ ਮਾਰਤਾ ਨਾ ਬੁੱਤ ਇਹ ਤਾਂ ਜਾਣੀ ਹੁਣ ਇਹਦੀ ਵਛੇਰੀ ਭਾਰਤ ਰਤਨ ਤੋਂ ਉਹ ਤਾਰੀਬਾਈ ਦੇ ਆਰਮ ਦੇ ਵਿੱਚ ਅਤੇ ਉਹ 14 ਲੱਖ ਰੁਪਏ ਦੀ ਵਿਕ ਹਾਂ ਇਹਦੀ ਵਛੇਰੀ ਆ ਜੀ ਉਹ ਆਪਣਾ ਜਿਹੜਾ ਮੰਨ ਲਓ 4 ਸਾਲਾਂ ਦੀ ਕਮਾਈ ਸੀ ਜਿਹੜੀ 70-80 ਲੱਖ ਰੁਪਈਆ ਉਹ ਆਪਣਾ ਡੇਰਾ ਵੀ ਲੁੱਟ ਲਿਆ ਸੀ ਚਲੋ ਪਰਚੇ ਵੀ ਬੜੇ ਝੂਠੇ ਪਾਏ ਪਰ ਭਾਣਾ ਮੰਨਣਾ ਪੈਂਦਾ ਜੀ ਪਰ ਆਇਆ ਜੀ ਜਿਹਨੇ ਜ਼ਹਿਰ ਪਾਈ ਆ ਉਹ ਸਦਾਈ ਹੋਇਆ ਫਿਰਦਾ ਆਪਣਾ ਘੋੜਾ ਫਿਰ ਚੈਂਪੀਅਨ ਬਣ ਗਿਆ ਸ਼ੁਕਰ ਮਹਾਰਾਜ ਹਾਂਜੀ ਇਹਦਾ ਅਕਾਲ ਪੁਰਖ ਦਾ ਭਾਣਾ ਜੀ ਬਸ ਮਾਲਕ ਇਹਨਾਂ ਨੂੰ ਸੱਚੇ ਪਾਤਸ਼ਾਹ ਇਹਨਾਂ ਦੀ ਸੇਵਾ ਬਖਸ਼ਣ ਮੀਰੀ ਪੀਰੀ ਦੇ ਮਾਲਕ ਮੈਂ ਤਾਂ ਇੱਕ ਗੱਲ ਕਹਿਣਾ ਜੀ ਵੀ ਇੰਨੀ ਮਿਹਨਤ ਕਰੋ
ਸਾਲੀ ਮਿਹਨਤ ਨੂੰ ਵੀ ਸ਼ਰਮ ਆ ਜੇ ਵੀ ਇਹ ਕਿੰਨੀ ਕਰਦਾ ਵੀ ਕੱਲ ਨੂੰ ਇੰਨੀ ਮਿਹਨਤ ਆਪਦੀ ਜ਼ਿੰਦਗੀ ਦੇ ਨਾ 10 ਸਾਲ ਮੈਂ ਨਹੀਂ ਕਹਿੰਦਾ ਸਾਰੀ ਉਮਰ ਤੰਦ ਪਿੱਠੂ 10 ਸਾਲ ਇੰਨੀ ਮਿਹਨਤ ਕਰ ਦਿਓ ਇੰਨੀ ਮਿਹਨਤ ਕਰ ਦਿਓ ਕੱਲ ਨੂੰ ਤੁਹਾਡੇ ਮਨ 'ਚ ਇਹ ਮਲਾਲ ਨਾ ਰਹੇ ਵੀ ਯਾਰ ਮੈਂ ਮਿਹਨਤ ਨਹੀਂ ਕੀਤੀ ਉਹ ਟਾਈਮ ਮੈਂ ਕੀਤਾ ਨੇ ਜਦੋਂ ਮੈਂ ਕਰ ਸਕਦਾ ਹੁਣ ਮੈਨੂੰ ਅੱਜ 7ਵਾਂ 8ਵਾਂ ਸਾਲ ਹੋ ਗਿਆ ਆਪਣੇ ਖੇਤ 'ਚ ਬੈਠੇ ਨੂੰ ਉਹ ਸਾਡੀ ਪਿੰਡ 'ਚ ਕੋਠੀ ਆ ਮੈਂ ਇੱਕ ਵੀ ਰਾਤ ਆਪਦੇ ਘਰੇ ਨਹੀਂ ਕੱਟੀ ਕਦੇ ਵਿਆਹ ਵਾ ਕੇ ਉੱਥੇ ਨਹੀਂ ਕੱਟੀ ਜਿੱਦਣ ਆ ਘੋੜੇ ਘੋੜੀਆਂ ਆ ਗਈਆਂ ਉਦੇ ਤਾਂ ਸੁਪਨੇ ਹੀ ਨਹੀਂ ਆਇਆ ਘੋੜੇ ਘੋੜੀਆਂ ਤੋਂ ਬਿਨਾਂ ਕੋਈ ਸੁਪਨੇ ਹੀ ਨਹੀਂ ਆਇਆ ਸੁਪਨੇ 'ਚ ਵੀ ਇਹੀ ਆਉਂਦੇ ਨੇ ਦੇਵਤੇ ਬਾਕੀ ਇਹਨਾਂ ਨੂੰ ਜਿੰਨਾ ਪਿਆਰ ਕਰੋਗੇ ਜੀ ਇਹ ਉਦੋਂ ਦੁੱਗਣਾ ਚੌਗਣਾ ਮੁੱਲ ਮੋੜਦੀਆਂ ਨੇ ਅਤੇ ਬਾਕੀ ਮੈਂ ਦੇਖਿਆ ਬਾਬਾ ਜੀ ਵੀ ਇਹ ਇਹਨਾਂ ਨੂੰ ਇਹਨਾਂ ਦੇ ਮਨ 'ਚ ਵੜਨਾ ਮਤਲਬ ਤੁਸੀਂ ਜੇ ਇਹਨਾਂ ਦੇ ਮਨ 'ਚ ਵੜਨਾ ਤਾਂ ਇਹਨਾਂ ਦੇ ਲਿੱਤ ਵਾਲੇ ਚੱਕ ਕੇ ਵੜਿਆ ਜਾਂਦਾ ਮੈਂ ਤੁਹਾਨੂੰ ਸਾਫ਼ ਗੱਲ ਦੱਸਾਂ ਜੀ ਜਿਹੜੇ ਬੰਦੇ ਨੇ ਘੋੜਿਆਂ ਦੀ ਲਿੱਦ ਹੱਥਾਂ ਨਾਲ ਚੱਕਤੀ ਸਮਝ ਲਓ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਹੱਥ ਲਾ ਦੇ ਵਾਹ ਵਾਹ ਮੁੱਕਦੀ ਗੱਲ ਸਾਨੂੰ ਤਾਂ ਜੀ ਦੇਖੋ ਤਰੱਕੀ ਮਿਲੀ ਹੈ ਲਿੱਦ ਚੱਕ ਕੇ ਜੀ ਅਗਲੇ ਦਾ ਸਾਨੂੰ ਪਤਾ ਨਹੀਂ ਜੀ ਤੇ ਪਰ ਜੇ ਤੁਸੀਂ ਘੋੜਿਆਂ ਮਾਲਕ ਬਣ ਕੇ ਘੋੜਿਆਂ ਦੇ ਰਹੋਗੇ ਕਾਮਯਾਬ ਨਹੀਂ ਹੋਵੋਗੇ ਜੇ ਘੋੜਿਆਂ ਦੇ ਸੇਵਾਦਾਰ ਬਣ ਕੇ ਰਹੋਗੇ ਤਾਂ ਤੁਹਾਨੂੰ ਯਾਰ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਸਿੱਧਾ ਕਹੋਗੇ ਵੀ ਹਾਂ ਮੇਰੇ ਗੁਰੂ ਆ ਕੀ ਘਾਟ ਆ ਭਾਈ ਮੇਰੇ 'ਚ ਜੀ ਦੱਸ ਸਾਡੇ 'ਚ ਕੀ ਘਾਟ ਆ ਉਹਦੇ ਨਾਲ ਸਿੱਧੀ ਹੋ ਜਾਂਦੀ ਹੈ ਸਿੱਧੀ ਮੈਂ ਤਾਂ ਗੱਲ ਹੀ ਕੀ ਕਰਦਾ ਹੁਣ ਹੁਣ ਆਪਾਂ ਘੋੜਿਆਂ ਦੀ ਗੱਲ ਕਰਦੇ ਹਾਂ ਮੇਰਾ ਸੌਂਕ ਮੇਰਾ ਮਨ 'ਚ ਸੀ ਮੈਂ ਤੇ ਸੁਖਜਿੰਦਰ ਬੈਠੀਏ ਤੇ ਗੱਲ ਅਧਿਆਤਮਕ ਤੇ ਹੋਵੇ ਮਨੋਵਿਗਿਆਨ ਤੇ ਹੋਵੇ ਜੀ ਅਸਲ ਦੇ ਵਿੱਚ ਸਤਸੰਗ ਪਤਾ ਕੀ ਹੁੰਦੀ ਆ ਜਦੋਂ ਇੱਕ ਤੋਂ ਜ਼ਿਆਦਾ ਵੱਧ ਇੱਕ ਤੋਂ ਜ਼ਿਆਦਾ ਲੋਕ ਇਕੱਠੇ ਹੋ ਕੇ ਰੱਬ ਬਾਰੇ ਵਿਚਾਰ ਕਰ ਰਹੇ ਨੇ ਉਹਨੂੰ ਸਤਸੰਗ ਕਹਿੰਦੇ ਨੇ ਹੁਣ ਸਟੇਜ ਤੇ ਬੈਠ ਕੇ ਸਾਹਮਣੇ 50,000 ਬੰਦਾ ਬੈਠਾ ਹੋਵੇ ਕੋਈ ਬਾਦਲਾਂ ਨੂੰ ਗਾਣਾ ਕੱਢੀ ਜਾਂਦਾ ਕੋਈ ਕੈਪਟਨਾਂ ਨੂੰ ਕੱਢੀ ਜਾਂਦਾ ਕੋਈ ਆਮ ਆਦਮੀ ਨੂੰ ਉਹ ਆ ਦੁਨਾਵੀ ਵਿਚਾਰ ਉਹ ਸਤਸੰਗ ਨਹੀਂ ਹੁੰਦੀ ਸਤਸੰਗ ਆਪਾਂ ਦੋਵੇਂ ਵੀ ਕਰ ਸਕਦੇ ਹਾਂ ਜਦੋਂ ਕੇਵਲ ਤੇ ਕੇਵਲ ਰੱਬ ਦੀ ਵਿਚਾਰ ਹੋਵੇ ਉਹ ਸਤਸੰਗ ਹੈ ਇੱਕ ਕਹਿੰਦਾ ਜੇ ਬੰਦਾ ਹੀ ਇਕੱਲਾ ਹੋਵੇ ਮੈਂ ਫਿਰ ਸਿੱਧੀ ਰੱਬ ਨਾਲ ਵਿਚਾਰ ਹੋਵੇ ਫਿਰ ਉਹਦੇ ਨਾਲ ਸਿੱਧੀ ਉਹਦੇ ਨਾਲ ਸਿੱਧੀ ਹੋਵੇ ਮੈਂ ਤਾਂ ਕਹਿੰਦਾ ਜੀ ਦੇਖੋ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਵੰਡ ਕੇ ਛਕਣਾ ਬੰਦਿਆਂ ਨੂੰ ਨਹੀਂ ਗਿਆ ਇਹਨਾਂ ਨੂੰ ਵੀ ਵੰਡ ਕੇ ਛਕਣਾ ਇਹਨਾਂ ਦੀ ਖਰਗੋਸ਼ਾਂ ਨੇ ਵੀ ਛਕਣਾ ਇਹਨਾਂ ਨੇ ਵੀ ਛਕਣੀ ਆ ਮੱਖਣੀ ਭਾਈ ਕੱਲੀ ਆਪਾਂ ਵੀ ਨਹੀਂ ਕੌਲਿਆਂ 'ਚ ਪਾ ਕੇ ਖਾਣੀ ਤੇ ਦੇਖੋ ਜੀ ਅਕਾਲ ਪੁਰਖ ਦੀ ਮਿਹਰ ਆ ਸੱਚੇ ਪਾਤਸ਼ਾਹ ਅਕਾਲ ਪੁਰਖ ਮਿਹਰ ਰੱਖੇ ਤੇ ਇੱਥੇ ਇੱਕ ਯੂਨੀਵਰਸਿਟੀ ਬਣਾਵਾਂਗੇ ਵੱਡੀ ਗੁਰਮਤਿ ਅਕੈਡਮੀ ਬਣਾਵਾਂਗੇ ਉਹਨਾਂ ਸਾਰਿਆਂ ਦਾ ਖਰਚਾ ਇਹ ਘੋੜਿਆਂ ਨੇ ਚੱਕ ਲੈਣਾ ਹੁਣ ਗੁਰਮਤਿ ਵਿਦਿਆਲਿਆ ਵਾਸਤੇ ਸ਼ੈੱਡ ਪਾ ਰਹੇ ਹਾਂ ਸਾਨੂੰ ਕੋਈ ਨਾ ਸਾਡੀ ਗੋਲਕਾ ਨਾ ਸਾਨੂੰ ਕੋਈ ਦਾਨ ਦੂਣ ਕਰਨ ਵਾਲੇ ਬਹੁਤੇ ਹੈਗੇ ਆ ਨਾ ਅਸੀਂ ਮਿੱਠੀਆਂ ਗੱਲਾਂ ਕਰਦੇ ਹਾਂ ਅਤੇ ਸਾਨੂੰ ਇੱਕ ਦੋ ਵੀਰ ਨੇ ਹੈਪੀ ਮਨੀਲਾ ਉਹ ਸ਼ੈੱਡ ਪਾ ਰਹੇ ਆ ਬਾਕੀ ਸਾਡਾ ਘੋੜਾ ਗਾ ਅਤੇ ਇੱਕ ਘੋੜੀ 'ਤੇ ਛੱਡ ਦਿੰਦੇ ਹਾਂ ਸਾਡਾ ਬਿੱਲ ਭਰਿਆ ਜਾਂਦਾ ਇੱਕ ਘੋੜੀ 'ਤੇ ਛੱਡ ਦਿੰਦੇ ਹਾਂ ਸਾਡਾ ਘੋੜੀਆਂ ਦਾ ਖਰਚਾ ਸਾਰਾ ਨਿਕਲ ਜਾਂਦਾ ਇੱਕ ਘੋੜੀ ਦੋ 'ਤੇ ਛੱਡ ਦਿੰਦੇ ਹਾਂ ਤਨਖਾਹਾਂ ਨਿਕਲ ਜਾਂਦੀਆਂ ਨੇ 10-15 ਘੋੜੀਆਂ ਬਹੁਤ ਨੇ ਲਾਉਣ ਨੂੰ ਤਾਂ ਮੈਂ 4 ਘੋੜੀਆਂ ਇੱਕ ਦਿਨ ਚਲਵਾ ਦਾਂ ਫੋਨ ਬਹੁਤ ਆਉਂਦੇ ਨੇ ਪਰ ਆਪਾਂ ਨੇ 70-75 ਤਾਂ ਘੋੜੀਆਂ ਜਿਹੜੀਆਂ ਚੰਬੀਆਂ ਨੇ ਉਹੀ ਮੋੜਤੀਆਂ ਕਿਉਂਕਿ ਚੰਗੀਆਂ ਘੋੜੀਆਂ 'ਤੇ ਛੱਡਣ ਦਾ ਫਾਇਦਾ ਹੁਣ ਨੁਕਰੇ ਦੀ ਘੋੜੀ ਤੇ ਇਹ ਘੋੜਾ ਕਿਵੇਂ ਰਿਜ਼ਲਟ ਦੇ ਦੂਗਾ ਹਾਂ ਉਹ ਰਿਜ਼ਲਟ ਖਰਾਬ ਹੋਊਗਾ ਵੀਰੇ ਘੋੜੀ ਹੋਰ ਲਿਆਇਓ ਲੈ ਜਾਓ ਵੀਰੇ ਘੋੜੀ ਹੋਰ ਲਿਆਇਓ ਅਕਾਲ ਪੁਰਖ ਦੀ ਮਿਹਰ ਆ ਇਹ ਵੀ ਆਜੋ 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 ਲਿਓ ਆਜੋ ਬਾਈ ਆਜੋ ਆਜੋ ਆ ਗਈ ਬਾਬਾ ਜੀ ਇਹ ਮੇਰੇ ਹਿਸਾਬ ਨਾਲ ਜੈਡ ਬਲੈਕ ਆ ਹਨਾ ਮੱਥੇ ਮੱਥੇ ਬੋਲਿਆ ਇਹ ਅਲੀ ਸ਼ਾਨ ਦੀ ਹੈ ਜੀ ਡਾਇਰੈਕਟ ਸਿੱਧੀ ਅਲੀ ਸ਼ਾਨ ਦੀ ਜੀ ਤੇ ਸ਼ਾਨਦਾਰ ਘੋੜਾ ਜਿਹੜਾ ਉਹਦੀ ਭੈਣ ਹੈ ਸਕੀ ਪਿਓ ਵਾਲੇ ਪਾਸੇ ਮਾਂ ਵਾਲੇ ਪਾਸੇ ਉਹਦੀ ਪਹਿਚਾਣ ਕੀ ਹੈ ਤਾਰੀ ਲੀਲ ਵਾਲੇ ਦਾ ਹੀ ਰਵਾ ਆਪਣੇ ਕੋਲ ਸਾਰਾ ਜੀ ਆ ਦੇਖੋ ਸ਼ਾਨਦਾਰ ਦੇ ਹੰਨੇ ਤੇ ਵਾਲ ਚਿੱਟੇ ਸੀ ਜੀ ਸ਼ਾਨਦਾਰ ਦੇ ਇੱਥੇ ਵਾਲ ਚਿੱਟੇ ਸੀ ਤੇ ਇੱਥੇ ਵਾਲ ਚਿੱਟੇ ਸੀ ਤਾਰੀ ਕੋਲੇ ਵੀ ਹੈ ਸ਼ਾਨਦਾਰ ਦੇ ਇੱਕ ਤਾਂ ਇੱਥੇ ਵਾਲ ਚਿੱਟੇ ਸੀ ਜੀ ਤੇ ਇੱਕ ਇੱਥੇ ਵਾਲ ਚਿੱਟੇ ਸੀ ਉਹਦੇ ਰਵੇ ਦੀ ਨਿਸ਼ਾਨੀ ਆ ਇਹ ਵਾਹ ਇਹ ਤਾਰੀ ਦੇ ਰਵੇ ਦੀ ਨਿਸ਼ਾਨੀ ਆ ਤਾਰੀ ਲੀਨ ਵਾਲੇ ਦੀ ਉਹ ਦੇਖੋ ਦੁਨਿਆਵੀ ਤੌਰ ਤੇ ਤਾਂ ਧਾਰਮਿਕ ਲੈਵਲ ਤੇ ਤਾਂ ਆਪਾਂ ਨੂੰ ਗੁਰੂ ਮੰਨਦੇ ਨੇ ਪਰ ਘੋੜਿਆਂ ਦੀ ਦੁਨੀਆ 'ਚ ਮੈਨੂੰ ਕੋਈ ਸੰਗ ਨਹੀਂ ਹੈ ਤਾਰੀ ਆਪਣਾ ਗੁਰੂ ਆ ਘੋੜਿਆਂ ਦੀ ਦੁਨੀਆ 'ਚ ਘੋੜਿਆਂ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਨੇ ਲੈਜੈਂਡ ਬੰਦੇ ਨੇ ਜਿਵੇਂ ਬਾਈ ਗੈਰੀ ਹੋਇਆ ਇੱਕ ਵਾਰੀ ਮਿਲਿਆ ਬਾਈ ਗੈਰੀ ਨੂੰ ਮੈਂ ਜਾਨਵਰ ਤਾਂ ਬਾਈ ਤੋਂ ਕੋਈ ਲਿਆ ਨਹੀਂ ਤੇ ਇੱਦਾਂ ਦੇ ਬੰਦੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਅੱਜ ਤਰੱਕੀਆਂ ਦੀ ਰਾਹ 'ਤੇ ਖੜਾ ਕਰਤਾ
ਆਪਣੇ ਆਪ ਚ ਇੱਕ ਇੰਡਸਟਰੀ ਆ ਇੰਡਸਟਰੀ ਆ ਬਾਈ ਰਾਮ ਮੈਂ ਤਾਂ ਗੈਰੀ ਸੋਹਣਾ ਵੀ ਬੜਾ ਮੈਂ ਤਾਂ ਕਹਿੰਦਾ ਉਹਨੂੰ ਫਿਲਮਾਂ ਚ ਵੀ ਕੰਮ ਕਰਨਾ ਚਾਹੀਦਾ ਵੇਲਣ ਬੋਲਣ ਦਾ ਰੋਗ ਮੈਂ ਪਤਾ ਨਹੀਂ ਮੈਨੂੰ ਫਰੀਦਕੋਟ ਮਿਲਿਆ ਸੀ ਇਹ ਗੈਰੀ ਬਾਈ ਮੈਂ ਉਹਨੂੰ ਚੌੜ ਕਰਦਾ ਸੀ ਮੈਂ ਕਿਹਾ ਯਾਰ ਤੂੰ ਐਂ ਲੱਗਦਾ ਮੈਨੂੰ ਵੀ ਮੈਂ ਦੇਖ ਕੇ ਮੈਨੂੰ ਕਹਿੰਦਾ ਕੀ ਦੇਖਦਾ ਮੈਂ ਕਿਹਾ ਮੈਨੂੰ ਐਂ ਲੱਗਦਾ ਤੂੰ ਨਿਆਣਾ ਹੋ ਗਿਆ ਨਹੀਂ ਨਹੀਂ ਬਹੁਤ ਘੈਂਟ ਬੰਦਾ ਮੈਂ ਗੈਰੀ ਬਾਈ ਦੀ ਇੱਕ ਗੱਲ ਨਾਲ ਸਹਿਮਤ ਨਹੀਂ ਹਾਂ ਵੀ ਬਾਈ ਨੇ ਕਿਹਾ ਵੀ ਸ਼ੋਆਂ ਦੇ ਵਿੱਚ ਪੈਸੇ ਦੇ ਕੇ ਘੋੜੇ ਜਿਤਾਏ ਜਾਂਦੇ ਨੇ ਇਸ ਤਰ੍ਹਾਂ ਦੀ ਗੱਲ ਨੀ ਆਪਣਾ ਘੋੜਾ ਪਹਿਲੀ ਵਾਰ ਸ਼ੋਅ ਤੇ ਗਿਆ ਮੈਂ ਗੁਰਦੁਆਰੇ ਜਾ ਕੇ ਸਹੁੰ ਖਾਣ ਨੂੰ ਤਿਆਰ ਹਾਂ ਮੈਨੂੰ ਬਾਈ ਆਰ ਪੀ ਗਿੱਲ ਨੇ ਕਿਹਾ ਵੀ ਬਾਬਾ ਜੀ ਕੋਈ ਪਰਚੀ ਸੇਵਾ ਕਟਾਓ ਮੈਂ ਕਿਹਾ ਜੀ ਨਹੀਂ ਕਿਉਂਕਿ ਮੈਨੂੰ ਪਤਾ ਸੀ ਵੀ ਚਾਹੇ ਮੈਂ 50,000 ਦੀ ਵੀ ਕਟਾਈ ਮੇਰੇ ਮਨ ਨੂੰ ਮਲਾਲ ਰਹੂਗਾ ਵੀ ਮੈਂ ਪਹਿਲਾਂ ਕਟਾਈ ਮੈਂ ਉਹਨਾਂ ਨੂੰ ਇਹ ਸੀ ਜਦੋਂ ਇਹ ਮੇਰਾ ਘੋੜਾ ਦੂਜੇ ਨੰਬਰ ਤੇ ਕੱਢਣਗੇ ਤੀਜੇ ਤੇ ਕੱਢਣਗੇ ਮੈਂ ਪੁੱਛੂਗਾ ਵੀ ਘਾਟ ਕੀ ਆ ਜੀ ਜੀ ਤੇ ਪਰ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਚੱਕੀ ਹੋਈ ਸੀ ਜੀ ਆਪਣਾ ਘੋੜਾ ਜਦੋਂ ਜਿੱਤ ਗਿਆ ਜੀ ਤੇ ਦੋ ਦੰਦ ਚ ਚੈਂਪੀਅਨ ਬਣਿਆ ਜੀ ਚੈਂਪੀਅਨ ਆਫ ਚੈਂਪੀਅਨ ਦੇ ਵਿੱਚ ਦੁੱਲਾ ਜਿੱਤਿਆ ਸੀ ਗੋਲਡਨ ਰੌਕ ਨੂੰ ਹਰਾ ਕੇ ਬੀਰਾਂ ਜਿੱਤੀ ਸੀ ਜੀ ਇਹਨੇ ਦੋਨਾਂ ਨੂੰ ਉਹਨਾਂ ਨੂੰ ਵੀ ਹਰਾਤਾ ਚਲੋ ਦੋ ਮੱਲ ਘੋਲਦੇ ਨੇ ਇੱਕ ਨੇ ਤਾਂ ਟਹਿਣਾ ਹੀ ਆ ਜੀ ਦੁੱਲਾ ਚੈਂਪੀਅਨ ਦਾ ਚੈਂਪੀਅਨ ਬਣੇ ਜਿੱਤੀ ਆਉਂਦਾ ਸੀ ਫੱਟੇ ਹੀ ਚੱਕਦਾ ਆਉਂਦਾ ਸੀ ਚਲੋ ਆਪਣਾ ਪਹਿਲਾ ਸ਼ੋਅ ਸੀ ਜਿੱਤ ਗਿਆ ਆਪਣੇ ਵਾਲਾ ਤੇ ਅਕਾਲ ਪੁਰਖ ਦੀ ਮਿਹਰ ਨਾਲ ਮੈਨੂੰ ਮੈਂ ਪੁੱਛਿਆ ਵੀ ਚੈਂਪੀਅਨਸ਼ਿਪ 'ਚ ਮੋਟਰਸਾਈਕਲ ਸੀ ਉਹ ਕਹਿੰਦੇ ਵੀ ਇਸ ਵਾਰ ਨਹੀਂ ਹੈ ਮੈਂ ਕਿਹਾ ਕੋਈ ਗੱਲ ਨਹੀਂ ਕਹਿੰਦੇ ਨਾਮ ਆ ਜੀ 75,000 ਕੰਨੀ 51,000 ਪਰਸੋਂ ਨੂੰ ਲੈ ਜਿਓ ਆਪਾਂ ਨੂੰ ਫੋਨ ਆਇਆ ਆਪਾਂ ਕਿਹਾ ਜੀ ਸਾਡੀ ਪਰਚੀ ਕੱਟ ਦਿਓ ਉਦੋਂ ਬਾਅਦ ਬਾਅਦ 'ਚ ਗਿਆ ਉਹ ਵੀ ਮੈਂ ਮੈਂਬਰਸ਼ਿਪ ਜਿਹੜੀ ਸ਼ੋਆਂ ਦੀ ਲਈ ਆ ਨਾਲ ਵੀ ਮਾਰਵਾੜੀ ਟੀਮ ਬਣੇ ਪਰ ਇੱਕ ਬੰਦੇ ਜੇ ਹੁਣ ਘੋੜਾ ਇੰਡਸਟਰੀ 'ਚ ਇੱਕ ਬੰਦਾ ਕਹਿੰਦਾ ਵੀ ਮੇਰੇ ਤੋਂ ਪੈਸੇ ਲੈ ਲਓ ਮੈਨੂੰ ਜੱਜ ਖੜਾ ਲਓ ਵੀ ਮੈਂ ਮੇਰਾ ਮੇਰੇ ਤੋਂ ਪੈਸੇ ਲੈ ਲਓ ਮੇਰਾ ਘੋੜਾ ਜਿਤਾ ਦਿਓ ਉਸ ਇੱਕ ਬੰਦੇ ਦੇ ਨਾਲ ਯਾਰ ਸਾਰੇ ਸ਼ੋਅ ਤਾਂ ਨਹੀਂ ਖਰਾਬ ਹੋ ਜਾਂਦੇ ਮੈਂ ਕਹਿੰਦਾ ਜੇ ਸ਼ੋਅ ਨਾ ਹੁੰਦੇ ਹੁੰਦੇ ਅਸੀਂ ਤਾਂ ਘੋੜੇ ਹੀ ਨਹੀਂ ਸੀ ਰੱਖਣੇ ਸਾਨੂੰ ਸ਼ੋਆਂ 'ਚ ਹੀ ਪਤਾ ਲੱਗਿਆ ਵੀ ਯਾਰ ਐਂ ਵੀ ਜਾਨਵਰ ਹੁੰਦੇ ਨੇ ਇਸ ਕਰਕੇ ਗੈਰੀ ਬਾਈ ਦਾ ਤਾਂ ਲੈਜੈਂਡ ਬੰਦਾ ਉਹਨੂੰ ਤਾਂ ਜੱਜਿੰਗ ਦਾ ਸਾਰਾ ਪਤਾ ਠੀਕ ਆ ਬੰਦੇ ਹੈਗੇ ਕਈ ਸ਼ੋਆਂ 'ਚ ਪੈਸਾ ਚੱਲਦਾ ਹੋਊਗਾ ਪਰ ਸਾਰਿਆਂ 'ਚ ਨਹੀਂ ਚੱਲਦਾ ਤੁਸੀਂ ਵੀ ਜਾਣੇ ਹੋ ਹਾਂ ਇੱਕ ਦੋ ਬੰਦੇ ਤਾਂ ਹੁੰਦੇ ਹੀ ਨੇ ਹਨਾ ਪੈਸੇ ਵਾਲੇ ਪਰ ਆਪਾਂ ਮੈਂ ਦੇਖ ਲਓ ਮੈਂ ਗਰੀਬ ਬੰਦਾ ਤੇ ਉਹ ਏਡੇ ਏਡੇ ਤਗੜੇ ਬੰਦੇ ਬਾਈ ਆਰ ਪੀ ਗੈਲੋਰੀ ਤੇ ਆਪਣਾ ਘੋੜਾ ਚੈਂਪੀਅਨ ਬਣਿਆ ਲਾਲ ਰਤਨ ਤੋਂ 6.5 ਮਹੀਨਿਆਂ ਦੀ 7 ਮਹੀਨਿਆਂ ਦੀ ਇਹਦੀ ਪਿਛਲੇ ਮਹੀਨੇ ਸਨੀ ਆਪਣਾ ਇਹ ਵੀ ਤਾਰੀ ਕੋਲੇ ਰਹੀ ਆ ਸੰਦੀਪ ਕੋਲੇ ਸੀ ਜੈਤੋਂ ਵਾਲੇ ਕੋਲ ਦੇਵਰਾਜ ਰਣੀਆਂ ਦਿਓ ਇਹਨੇ 5 ਕਲਿਆਣੀ ਬੱਚੀ ਦਿੱਤੀ ਆ ਤੇ ਉਹ ਤਕਰੀਬਨ 23 ਲੱਖ ਦੀ ਵਿਕੀ ਆ ਹਾਂ ਇਹ ਤਾਂ ਬਹੁਤ ਵੱਡੀ ਘੋੜੀ ਆ ਜਿਵੇਂ ਸ਼ਾਨ ਦੀ ਮਾਂ ਉਹ ਲੈਵਲ ਦੀ ਅਲੀ ਸ਼ਾਨ ਦੀ ਡਾਇਰੈਕਟ ਦੇਖ ਲਓ ਵੀ ਅਲੀ ਸ਼ਾਨ ਦੀ ਡਾਇਰੈਕਟ ਘੋੜੀਆਂ 12-13 ਹੋਣੀਆਂ ਬਹੁਤ ਮੁਸ਼ਕਲ ਨਾਲ ਇਸ ਕਰਕੇ ਇੱਕ ਸਾਲ ਤਾਂ ਇਹ ਰਹੀ ਉਹ ਨਹੀਂ ਤੇ ਉਹ ਅਸੀਂ ਨਾ ਡਾਵਲ ਜੰਪ ਦਬਾਉਣ ਦੇ ਚੱਕਰ 'ਚ ਇੱਕ ਦਿਨ ਵੱਧ ਪੈ ਗਿਆ ਉਹਦੇ ਨਾਲ ਇਨਫੈਕਸ਼ਨ ਹੋਈ ਫਿਰ ਇਹਦਾ ਦਵਾਈ ਕਰਾਈ ਇੱਕ ਜਦੋਂ ਨਾ ਕਿਸੇ ਘੋੜੀ ਤੇ ਦਵਾਈ ਕਰਾਉਂਦੇ ਹੋ ਉਹਨੂੰ 2-3 ਮਹੀਨੇ ਰਹਿਣ ਦਿਆ ਕਰੋ ਭਰਾਉਣ ਤੋਂ ਉਹ 3 ਮਹੀਨੇ ਜਦੋਂ ਬੱਚੇ ਦਾ ਨਹੀਂ ਸਾਫ਼ ਹੁੰਦੀ ਆ ਜੜ ਨੂੰ ਤੁਸੀਂ ਪਹਿਲਾਂ ਹੀ ਘੋੜਾ ਛੱਡਦੇ ਨੇ ਉਹ ਫਿਰ ਰਹਿੰਦੀ ਨਹੀਂ ਹੁਣ ਸਾਡੀਆਂ ਸਾਰੀਆਂ ਇੱਕ ਇੱਕ ਜੰਪ ਤੇ ਰਹੀਆਂ ਹੋਈਆਂ ਚਲੋ ਡਾਕਟਰ ਨੂੰ ਇਹ ਗੱਲਾਂ ਉਦੋਂ ਹੁੰਦੀਆਂ ਸੀਗੀਆਂ ਵੀ ਅੱਜ ਜੰਪ ਦੇ ਦਿਓ ਇੱਕ ਦਿਨ ਛੱਡ ਕੇ ਦੇ ਦਿਓ ਹੁਣ ਅਸੀਂ ਤਾਂ ਦਿੰਦੇ ਤਾਂ 2 ਜੰਪ ਹੀ ਹਾਂ ਪਰ ਇਕੱਠੇ ਲੈਣੇ ਨੇ ਇਕੱਠੇ ਲੈ ਲਓ ਜੇ ਅਗਲੀ ਵਾਰ ਨਹੀਂ ਰਹੀ ਤਾਂ ਫਿਰ ਲੈ ਲਿਓ ਪਰ ਜਦੋਂ ਡਾਕਟਰ ਨੇ ਸਹੀ ਟਾਈਮ ਹੀ ਦੱਸਤਾ ਵੀ ਆਂਡਾ ਤਿਆਰ ਆ ਜੀ ਕੱਲ ਨੂੰ 5 ਵਜੇ ਮਿਲਦੀ ਆ ਤਾਂ ਘੋੜੀ ਇੱਕ ਜੰਪ ਨਾਲ ਹੀ ਰਹੂਗੀ ਜੀ ਉਹ ਉਦੋਂ ਹੁੰਦਾ ਸੀ ਵੀ ਡਾਕਟਰ ਆ ਨਹੀਂ ਸਕਦਾ ਐਡੀਏ ਨਾਲ ਵੀ ਅੱਜ ਦੇ ਦਿਓ ਇੱਕ ਦਿਨ ਛੱਡ ਕੇ ਦੇ ਦਿਓ ਇੱਕ ਦਿਨ ਤਾਂ ਆਂਡਾ ਫੁੱਟੂਗੀ ਹੁਣ ਤਾਂ ਟੈਕਨੀਕਲੀ ਚੱਲਣਾ ਪੈਣਾ ਹਾਂ ਟੈਕਨੀਕਲੀ ਹੁਣ ਉਦੋਂ ਡਾਕਟਰ ਵੀ ਹੈ ਨਹੀਂ ਸੀ ਉਦੋਂ ਡਾਕਟਰਾਂ ਨੂੰ ਚੈੱਕ ਕਰਨ ਦਾ ਹਿਸਾਬ ਵੀ ਨਹੀਂ ਸੀ ਹੁਣ ਤੁਸੀਂ ਉਹ ਅਸੀਂ ਘੋੜੀ ਤੁਹਾਨੂੰ ਦਿਖਾਵਾਂਗੇ ਬਾਅਦ ਚ ਤੇ ਸਾਰੀ ਜੀ ਇੱਕ ਇੱਕ ਜੰਪਾਂ ਨਾਲ ਗੱਬਣ ਸਾਰੀ ਇੱਕ ਇੱਕ ਜੰਪ ਨਾਲ ਹਾਂ ਨਾ ਦੂਜਾ ਜੰਪ ਆਪਦੀ ਘੋੜੀ ਤੇ ਤਾਂ ਦਿੰਦੀ ਹੈ ਨਹੀਂ ਅਗਲੇ ਨੇ ਲੈਣੇ ਨੇ 2 ਇਕੱਠੇ ਲੈ ਲਓ ਹੁਣ ਇੱਕ ਘੋੜੀ ਸੀਗੀ ਉਹਦੀ ਦਵਾਈ ਕਰਾਈ ਹੋਈ ਸੀ ਉਹ ਬਾਕੀ ਦਾ ਹਜੇ ਕੋਈ ਕੁੜੀ ਘੋੜੀ ਮੁੜੀ ਨੀ ਉਹ ਆਈ ਆ ਉਹਨੇ ਉਹਦੇ ਦੇਤਾ ਦੁਬਾਰੇ ਫ੍ਰੀ ਆਪਾਂ ਨੇ ਉਹ ਕੋਈ ਸ਼ੱਕ ਨਹੀਂ ਤੇ ਆਹ ਬਾਬਾ ਜੀ ਇਹ ਕਿਹੜੀ ਕਿਹਦੀ ਹੈ ਇਹ ਤਾਂ ਜੀ ਬਸ ਲਾ ਲਓ ਵੀ ਇੰਡੀਆ ਦਾ ਉਹ ਨਗੀਨਾ ਇਹ ਓਹੋ ਅੱਛਾ ਕਵੇਰੀ ਦੀ ਭੈਣ ਆ ਜੀ ਇਹ ਸੁਲਤਾਨ ਦੀ ਆ ਡਾਇਰੈਕਟ ਜੀ ਤੇ ਰਣਸ਼ੇਰ ਘੋੜੇ ਦੀ ਮਾਂ ਇਹਨੇ 7 ਸ਼ੋਅ ਤਾਂ ਲਗਾਤਾਰ ਵਿਨ ਕੀਤੇ ਨੇ M151 ਜੀ ਤੇ ਇੰਡੀਆ ਦੀ ਸਭ ਤੋਂ ਵੱਡੀ ਕੁੱਖ ਹੈ ਇਸ ਘੋੜੀ ਦੀ ਜੀ ਮੈਂ ਤੁਹਾਨੂੰ ਗੱਲ ਦੱਸਦਾ ਘੋੜੀ ਦੇ ਵਿੱਚ ਨਾ 16 ਬੰਦ ਹੁੰਦੇ ਨੇ ਜੀ ਘੋੜਾ ਘੋੜੀ 'ਚ ਜੀ 16 ਬੰਦ ਦੇ ਵਿੱਚੋਂ 4 ਬੰਦ ਛੋਟੇ ਜੀ 4 ਬੰਦ ਚੌੜੇ ਜੀ 4 ਬੰਦ ਮੋਟੇ ਜੀ ਤੇ 4 ਬੰਦ ਲੰਬੇ ਜੀ ਪਤਲੇ ਵੀ ਨਾ ਜੀ ਜੀ ਹੁਣ ਜਿਹੜੇ 4 ਬੰਦ
ਇਹ ਤਾਂ ਚਲੋ ਥੋੜੀ ਜਿਹੀ ਘੋੜੀ ਆਪਣੀ ਵੱਡੀ ਉਮਰ ਦੀ ਆ ਨਾ ਜੀ, ਜਦੋਂ ਜਵਾਨੀ ਚ ਹੋ ਗਏ ਨੇ ਚਾਰ ਜਿਹੜੇ ਲੰਮੇ ਚੌੜੇ ਬੰਦ ਨੇ, ਚੌੜਿਆਂ ਦੇ ਵਿੱਚ ਛਾਤੀ ਚੌੜੀ ਜੀ, ਪੁੱਠਾ ਚੌੜਾ ਜੀ, ਮੱਥਾ ਚੌੜਾ ਜੀ, ਤੇ ਸੁੰਭ ਚੌੜੇ ਜੀ। ਮੋਟਿਆਂ ਦੇ ਵਿੱਚ ਆਪਣਾ ਜਿਹੜੀ ਆਹ ਚੀਜ਼ ਹੈ ਜੀ, ਇਹ ਮੋਟਿਆਂ ਦੇ ਵਿੱਚ ਹੈਗਾ ਹੱਡ ਹੱਡ ਪੱਟ ਮੋਟੇ ਜੀ, ਗੋਡੇ ਮੋਟੇ ਜੀ, ਤੇ ਕੁਛ ਜਿਵੇਂ ਇੱਕ ਦੋ ਚੀਜ਼ਾਂ ਹਜੇ ਦਿਮਾਗ 'ਚ ਨਹੀਂ ਵੀ ਆ ਰਹੀਆਂ ਜੀ, ਲੰਮਿਆਂ 'ਚ ਆ ਗਿਆ ਪਤਲੀਆਂ 'ਚ ਗਰਦਨ ਪਤਲੀ ਜੀ, ਤੇ ਅੱਖਾਂ ਮੋਟੀਆਂ ਇੱਕ ਸੱਚੋਂ ਮੋਟਿਆਂ 'ਚ ਜੀ, ਲੰਮਿਆਂ 'ਚ ਆ ਗਈਆਂ ਪੂੰਛ ਲੰਮੀ ਪਤਲੀ ਜੀ, ਤੇ ਆ ਗਰਦਨ ਪਤਲੀ ਆ ਮਣੀਆਂ ਪਤਲਾ ਜੀ, ਤੇ ਲੰਮਿਆਂ 'ਚ ਲੰਮਾ ਵੀ ਕਹਿ ਲਓ ਪਤਲਾ ਵੀ ਕਹਿ ਲਓ, ਲੰਮਿਆਂ 'ਚ ਜਿਹੜੀ ਆਹ ਘੋੜੀ ਦਾ ਤਣਾ ਨਾ ਥੱਲਲਾ ਜੀ, ਇਹ ਤਣਾ ਲੰਮਾ ਚਾਹੀਦਾ। ਅੱਛਾ, ਆ ਇਹ ਤੋਂ ਇਹਦੇ ਤੱਕ ਹਾਂ, ਇੱਥੋਂ ਲੰਮੀ ਚਾਹੀਦੀ ਆ, ਤੇ ਉੱਪਰੋਂ ਜਿਹੜੇ ਪੁੱਠੇ ਤੋਂ ਲੈ ਕੇ ਸੁੰਭ ਦੇ ਆ ਹੰਨੇ ਦੇ ਵਿੱਚ ਛੋਟੀ ਚਾਹੀਦੀ ਆ। ਅੱਛਾ ਜੀ, ਕੰਨ ਛੋਟੇ, ਆ ਕਾਠੀ ਮਤਲਬ ਕਾਠੀ ਜਿੰਨੀ ਜਗ੍ਹਾ ਹੋਵੇ ਤੇ ਪਿੱਠੋਂ ਪੁੜ ਪੁੜ ਪੁੜਾ ਸਟਾਰਟ ਹੋ ਜੇ ਜੀ, ਹੰਨੇ ਤੋਂ ਕਾਠੀ ਧਰ ਕੇ ਤਾਂ ਪਿੱਛੇ, ਇਹ ਨਹੀਂ ਵੀ ਆ ਕਾਠੀ ਲੰਬੀ ਹੋਵੇ, ਉਹ ਮਾਰਵਾੜੀ 'ਚ ਨਹੀਂ ਆਉਂਦੀ, ਕਾਠੀ ਛੋਟੀ ਹੋਵੇ ਥੱਲੋਂ ਪੇਟ ਲੰਮਾ ਹੋ ਜੀ, ਤੇ ਬਾਕੀ ਕੰਨ ਛੋਟੇ ਹੋਣ ਜੀ, ਕੁੰਡੀਦਾਰ ਵਧੀਆ ਜੀ, ਤੇ ਆ ਗਾਮਚੀ ਆ ਜਿਹੜੀ ਛੋਟੀ ਹੋਵੇ, ਆ ਜਿਹੜੀ ਗੋਡੇ ਆ ਨਲੀ ਆ ਲੰਬੀ 'ਚ, ਨਲੀ ਲੰਬੀ ਹੋਵੇ, ਤਣਾ ਲੰਮਾ ਹੋਵੇ, ਗਰਦਨ ਲੰਮੀ ਹੋਵੇ, ਪੂਛ ਲੰਮੀ ਹੋਵੇ, ਚਾਰ ਮੋਟੀਆਂ, ਚਾਰ ਚੌੜੀਆਂ, ਚਾਰ ਛੋਟੀਆਂ ਤੇ ਚਾਰ ਲੰਬੀ ਜੀ। ਹਾਂ, ਇਹ ਮਤਲਬ ਸੁਲਤਾਨ ਘੋੜਾ ਹੋਇਆ ਜਿਹੜਾ, ਸੁਲਤਾਨ ਦੀਆਂ ਮੈਨੂੰ ਲੱਗਦਾ ਵੀ ਜੇ ਇੰਡੀਆ 'ਚ ਘੋੜੀਆਂ ਲਾਈਏ ਵੀ ਅੱਠ ਸੱਤ ਅੱਠ ਘੋੜੀਆਂ ਹੋਣੀਆਂ, ਪੁਰਾਣਾ ਘੋੜਾ ਨਾ ਜਾਵੇ। ਮੈਂ ਸੁਲਤਾਨ ਘੋੜੇ ਬਾਰੇ ਮੈਂ ਦਰਸ਼ਕਾਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਸੁਲਤਾਨ ਘੋੜਾ ਉਹ ਆ ਘੋੜਾ ਹੈ ਵੀ ਜਿਹੜੇ ਵੀ ਘੋੜੇ ਦੇ ਨਾਨਕੇ ਪਰਿਵਾਰ ਦੇ ਵਿੱਚ ਸੁਲਤਾਨ ਘੋੜਾ ਖੜਾ ਹੋਊਗਾ ਉਹਨੇ ਤਹਿ ਤੋੜਤੀ ਹੋਊਗੀ। ਉਹ ਇਹਦੀ ਬਸ਼ੇਰੀ ਲਿਆ ਕੱਢ ਕੇ ਨਾਲ, ਆਹ ਦੇਖੋ ਜੀ ਦਲਵਾਗ ਦੇ ਵੀ ਮੇਰੇ ਹਿਸਾਬ ਨਾਲ ਖੜਾ। ਹਾਂਜੀ ਹਾਂਜੀ, ਤੇ ਕਾਲੇ ਕਾਂਟੇ ਦੇ ਵੀ, ਭਾਰਤ ਰਤਨ ਦੀ ਮਾਂ ਜਿਹੜੀ ਕਵੇਰੀ ਆ ਉਹਦਾ ਪਿਓ ਸੁਲਤਾਨ। ਹਾਂ, ਆਪਣੇ ਬਸ਼ੇਰੇ ਦਾ ਜਿੱਤਣ ਦਾ ਕਾਰਨ ਕੀ ਆ, ਇਹਦੇ ਮਾਂ, ਇਹਦੀ ਮਾਂ ਤੂਫਾਨ ਦੀ ਮਾਂ ਜੀ, ਇਹਦੀ ਮਾਂ ਤੂਫਾਨ ਦੀ, ਇਹਦੇ ਪਿਓ ਦੀ ਮਾਂ ਕਾਂਟੇ ਦੀ ਮਾਂ ਸੁਲਤਾਨ ਦੀ ਕਵੇਰੀ ਜੀ, ਕਾਂਟੇ ਦੀ, ਭਾਰਤ ਰਤਨ ਦੀ, ਪੰਜਾਬ ਰਤਨ ਦੀ ਇੱਕੋ ਹੀ ਮਾਂ ਕਵੇਰੀ ਜੀ। ਸੁਲਤਾਨ ਤਾਂ ਉਹ ਘੋੜੀਆਂ ਦਾ ਬੇਤਾਜ ਬਾਦਸ਼ਾਹ ਹੋਇਆ ਜਿਹਦੀਆਂ ਧੀਆਂ ਨੇ ਜਾ ਕੇ ਸਾਰੇ ਸਾਹ ਹੀ ਪੈਦਾ ਕਰੇ, ਜਿਵੇਂ ਆਪਣੇ ਜਿਵੇਂ ਕ੍ਰਿਕਟ ਦੇ ਵਿੱਚ ਨਾ ਰਾਹੁਲ ਦਰਾਵਿੜ ਪਿਛਲੇ ਪਾਸੇ ਖੜ ਕੇ ਅੜ ਕੇ ਖੜ ਜਾਂਦਾ ਸੀ, ਉਵੇਂ ਸੁਲਤਾਨ ਅਸਲ ਦੇ ਵਿੱਚ ਤੂਫਾਨ ਅਲੀਸ਼ਾਨ ਲਾਈਨ ਨੂੰ ਤਾਂ ਲੈ ਕੇ ਜਾਣ ਵਾਲਾ ਸੁਲਤਾਨ ਆ। ਬਸ ਘੋੜੀਆਂ ਸੁਲਤਾਨ ਲੈਣ ਦੀਆਂ ਜੀ, ਤੇ ਬਸ਼ੇਰੇ ਗਾਹ ਵਾਲੀ ਸ਼ਾਨ ਦੇ ਦਲਵਾਗ ਆ ਗਿਆ, ਇਹ ਆ ਗਿਆ, ਕੰਬੀਨੇਸ਼ਨ ਮਿਲ ਗਏ ਨਾ ਤਾਂ ਫਿਰ ਉੱਥੋਂ ਰਿਜ਼ਲਟ ਬਹੁਤ ਹੈ। ਇੱਕ ਦੂਸਰੀ ਗੱਲ ਵੀ ਇਹ, ਅਸੀਂ ਸਾਡੇ ਮਨ ਹਜੇ ਤਾਰੀ ਬਾਈ ਨੇ ਗੁੱਸਾ ਕਰਿਆ ਵੀ ਘੋੜੀ ਬਾਹਲੀ ਵੱਡੀ ਘੋੜੀ ਸੀ ਤੇ ਕਾਂਟੇ ਤੋਂ ਮਿਲਾਉਣੀ ਸੀ, ਮੈਂ ਇਹ ਘੋੜੀ ਵੀ ਵਕੀਲ ਤੋਂ ਮਿਲਾਈ ਆ ਜੀ। ਆਹ ਦੇਖੋ ਜੀ, 62 ਇੰਚ ਦੀ ਬਸ਼ੇਰੀ ਖੜੀ ਆ, ਇੰਡੀਆ ਦੇ ਸਾਰੇ ਸ਼ੋਅ ਜਿੱਤੂਗੀ ਜੀ, ਇਸ ਦੀ ਪਿਛਲੇ ਸੂਏ ਦੀ ਹੈ ਜੀ, ਮਿਲਾ ਲਓ ਮਾਂ ਤੋਂ ਉੱਚੀ ਖੜੀ ਆ, ਕੋਈ ਦੋਨਾਂ ਨੂੰ ਬਰਾਬਰ ਖੜਾਓ ਲਿਆ ਕੇ, ਤੇ ਇਹਦੀ ਲੈਂਥ ਦੇਖ, ਆਹ ਦੇਖੋ ਜੀ ਮਾਰਵਾੜੀ ਦੇ ਜੀ, ਆਹ ਦੇਖੋ ਤਣਾ ਦੇਖੋ ਕਿੰਨਾ ਲੰਮਾ, ਕਾਠੀ ਛੋਟੀ, ਮੱਥਾ ਚੌੜਾ, ਨਾ ਨਾ ਪਰਾਂ ਕਰ ਵੱਤ ਪਰਾਂ ਲੜ ਪੈਣੀ, ਟੌਣ ਦੇਖੋ ਕਿੰਨੀ ਲੰਬੀ ਆ ਜੀ, ਇਹ ਤੇ ਬਹੁਤ ਪੈਸੇ ਲੱਗ ਗਏ ਸੁਖਜਿੰਦਰ ਬਾਈ ਜੀ, ਤੇ ਕੋਈ ਐਸਾ ਹਜੇ ਤੁਸੀਂ ਦੇਖ ਲਓ, ਇਹ ਵੱਧ ਤੋਂ ਵੱਧ 12 ਮਹੀਨਿਆਂ ਦੀ ਹੋਈ ਆ, ਤੇ 12 ਮਹੀਨਿਆਂ ਦੀ ਹੋ ਗਈ ਆ, 66-67 ਇੰਚ ਕੱਦ ਕਰੂਗੀ, 62 ਇੰਚ ਤਾਂ ਕਰ ਗਈ ਇਹ, ਬਾਕੀ ਇਹਦੀ ਧੌਣ ਦੀ ਲੰਬਾਈ ਉਰੇ ਆ ਕੇ ਇਹਦਾ ਪੁੱਠਾ ਦੇਖ ਸੁਖਜਿੰਦਰ ਬਾਈ ਜੀ, ਆਹ ਫੜਿਓ ਇੱਥੇ ਆ ਕੇ ਖੜ, ਤੇ ਪੁੱਠੇ ਨੂੰ ਦੇਖ ਮਾੜਾ ਜੀ, ਲੱਤਾਂ ਸਿੱਧੀਆਂ ਕਰ, ਖੜਾਓ ਵੀਰੇ, ਹਲਿਆਓ ਨਾ ਘੋੜੀ, ਹਲਿਆਓ ਨਾ, ਕਹਿੰਦੇ ਤੂੰ ਘੋੜੀ ਫੜ, ਪੁੱਠੇ ਤੇ ਮਾਰੀ ਵੀਰੇ ਕੈਮਰਾ, ਘੋੜੀਆਂ ਜਿੱਡਾ ਪੁੱਠਾ ਹੋਇਆ ਖੜਾ, ਅਜੇ ਮਾਂ ਨੇ ਸੂਣਾ। ਹਾਂ, ਤੇ ਇਹ ਸਿਲੇ 'ਚ ਘੋੜੀ ਮਿਲੀ ਹੋਈ ਆ। ਹਾਂ, ਬਸ 22ਵੇਂ ਦਿਨ ਘੋੜੀ ਮਿਲ ਗਈ ਸੀ, ਤੇ ਅਜੇ ਮਾਂ ਨੇ ਸੂਣਾ, ਦੇਖ ਲਓ, ਚਲੋ ਸਾਲ ਦੀ ਲਾ ਲਓ, ਮੈਂ ਤਾਂ ਕੋਈ ਇਹ ਜਿਹੜੀ ਚੀਜ਼ ਵੇਚਣੀ ਹੈ ਨਹੀਂ, ਉਹਦਾ ਕੀ ਆ, 62 ਇੰਚ ਆ, ਪਿਛਲੇ ਦੋ ਪੈਰ ਚਿੱਟੇ ਨੇ, ਲਾਲ ਰਤਨ ਦਾ ਸਭ ਤੋਂ ਬੈਸਟ ਰਿਜ਼ਲਟ ਹੈ, ਤੇ ਅਗਲੇ ਸਾਲ ਵੀ ਨਿਕੰਦ ਰਹਿਣਾ, ਉਦੋਂ ਸਾਲ ਆਹ ਇਹਨੂੰ ਪਾਵਾਂਗੇ ਸ਼ੋਅ 'ਚ ਅਗਲੇ ਸਾਲ ਜੀ, ਦੇਖੋ ਹੁਣ ਇਹਦੇ 'ਤੇ ਦੇਖੋ ਜੀ, ਇਹ ਹੈ ਪਰਫੈਕਟ ਮਾਰਵਾੜੀ, ਮਾਰਵਾੜੀ 'ਚ ਕੀ ਹੁੰਦਾ, ਮੱਥਾ ਚੌੜਾ ਜੀ, ਅੱਖਾਂ ਮੋਟੀਆਂ ਜੀ, ਕੰਨ ਛੋਟੇ ਕੁੰਡੀਦਾਰ ਜੀ, ਧੌਣ ਪਤਲੀ ਜੀ, ਤੇ ਲੰਬੀ ਜੀ, ਆਹ ਨਲੀ ਲੰਬੀ ਜੀ, ਤੇ ਛਾਤੀ ਚੌੜੀ ਜੀ, ਸੁੰਭ ਚੌੜੇ ਜੀ, ਗਾਮਚੀ ਛੋਟੀ ਜੀ, ਤਣਾ ਲੰਬਾ ਜੀ, ਕਾਠੀ ਛੋਟੀ ਜੀ, ਪੁੱਠਾ ਚੌੜਾ ਜੀ, ਤੇ ਪੂਛ ਪਤਲੀ ਤੇ ਪੂਛ ਲੰਬੀ ਜੀ, ਇਹਨੂੰ ਕਹਿੰਦੇ ਨੇ ਮਾਰਵਾੜੀ ਘੋੜੀ ਜੀ, ਇਹ ਫੁੱਲ ਪੂਰੇ ਕਰੈਕਟਰ ਪੂਰੇ ਕਰਦੀ ਆ।
ਨਹੀਂ ਕੋਈ ਸ਼ੱਕ ਵਾਲੀ ਗੱਲ ਮਾਈ ਮਨੂ ਸ਼ਰਮੇ ਹੋਰੀ ਆਏ ਜੀ ਬਾਈ ਸਿਮਰਜੀਤ ਸਿੰਘ ਮਾਨ ਦੇ ਜਿਹੜੇ ਦੋਤਾ ਨੇ ਉਹ ਵੀ ਘੋੜੇ ਰੱਖਦੇ ਨੇ ਉਹ ਆਏ ਜੀ ਜਿੰਨੇ ਵੀ ਬੰਦੇ ਆਏ ਨੇ ਜੀ ਕਹਿ ਕੇ ਗਏ ਨੇ ਵੀ ਇਹ ਹਰਦੀ ਨਹੀਂ ਕਿਤੋਂ ਨਹੀਂ ਬਾਕੀ ਬਾਕੀ ਅਕਾਲ ਪੁਰਖ ਦੀ ਮਿਹਰ ਆ ਜੀ ਦੇਖੋ ਜਾਨੀ ਬਰੀਡਿੰਗ ਦੀ ਆਪਾਂ ਗੱਲ ਕਰਦੇ ਹਾਂ ਜਿਵੇਂ ਹੁਣ ਪੰਜਾਬ ਸ਼ਿੰਗਾਰ ਦਾ ਆਪਾਂ ਨੂੰ ਪਤਾ ਸੀਗਾ ਵੀ ਹਰਦਾ ਤਾਂ ਹੈ ਨਹੀਂ ਜੀ ਦੂਜੇ ਤੇ ਆ ਜੇ ਤੀਜੇ ਤੇ ਆ ਜੇ ਪਹਿਲੇ ਤੇ ਆ ਜੇ ਜੀ ਐਵੇਂ ਜੇ ਸਹੀ ਜੱਜਿੰਗ ਹੋਵੇ ਜੀ ਤਾਂ ਇਹ ਪਹਿਲੀਆਂ ਤਿੰਨ 'ਚ ਖੜੀ ਹੋਊਗੀ ਕਿਉਂਕਿ ਅਜੇ ਸਾਲ ਦੀ ਹੋਈ ਨਹੀਂ ਇਹ ਜੀ ਉਧਰੋਂ ਸਾਰੇ ਕਰੈਕਟਰ ਪੂਰੇ ਕਰ ਰਹੀ ਆ ਜੀ ਉਧਰੋਂ ਮਾਂ ਸੁਲਤਾਨ ਦੀ ਆ ਜੀ ਇਹ ਦੇਖੋ ਪਿਓ ਦਿਲਵਾਗ ਦਾ ਜੀ ਲਾ ਰਤਨ ਤੇ ਅਗਲੇ ਸਾਲ ਤੱਕ ਤੋਂ ਉਦੋਂ ਅਗਲੇ ਸਾਲ ਤੱਕ ਨਿਕੰਦ ਰਹਿਣਾ ਜੀ ਤੇ ਜਦ ਨੂੰ ਇਹਨੇ ਸ਼ੋਅ 'ਚ ਪੈਣਾ ਉਦੋਂ ਨੂੰ 64 ਇੰਚ ਦੀ ਹੋਊਗੀ ਆਹ ਦੇਖੋ ਆਹ ਦੇਖੋ ਪੁੱਠਾ ਆਹ ਜਾਣੀ ਇਹ ਅਗਲੇ ਸਾਲ ਤੱਕ ਪੁੱਠੇ ਤੋਂ ਆਈਡੀਆ ਲੱਗ ਜਾਂਦਾ ਸੁਖਜਿੰਦਰ ਬਾਈ ਜੀ ਵੀ ਹੁਣ ਤੋਂ ਇਹ ਸਾਲ ਤੱਕ ਆਪਦੇ ਪੁੱਠੇ ਤੋਂ ਹੰਨਾ ਉੱਚਾ ਕਰ ਜੂਗੀ ਜਿੰਨਾ ਹੁਣ ਇਹਦਾ ਪੁੱਠਾ ਉਰੇ ਆਉਂਦਾ ਮੇਰੇ ਜੀ ਤਾਂ ਅਗਲੇ ਸਾਲ ਤੱਕ ਇਹਦਾ ਪੁੱਠਾ ਹੰਨਾ ਹੋ ਜੂਗਾ ਉਰੇ ਪੁੱਠਾ ਹੋ ਜੂਗਾ ਉਰੇ ਜੀ ਐਂ ਫਰਕ ਬਈ ਨਹੀਂ ਹੁਣ ਵੀ ਬਹੁਤ ਫਿਰ ਸਿਆਣੀ ਬਾਬਾ ਜੀ ਬਹੁਤ ਫਿਰ ਉਹ ਲਿੱਦ ਚੱਕਣ ਵਾਲੀ ਗੱਲ ਸਾਰੀ ਜੇ ਹੁਣ ਮੈਂ ਗੱਲ ਕਰਾਂ ਤਾਂ ਇਹ ਬੱਚੀ ਹੈ ਤਾਂ ਭੰਨ ਇਹ ਤਾਂ ਭੰਨ ਦੇ ਮੂੰਹ ਖੜ ਕੇ ਦਿਖਾਓ ਕਿਸੇ ਦੇ ਵਿਸ਼ੇਰੀਆਂ ਮਗਰ ਹਾਂ ਵੀ ਸਵਾਲ ਹੈ ਸੁਖਜਿੰਦਰ ਵੀਰ ਲੱਤ ਤਾਂ ਕੋਈ ਮੱਖੀ ਮੁੱਖੀ ਬੈਠਣ ਕਰਕੇ ਚੱਕੀ ਗਈ ਗੂਆ ਪਰ ਇਹ ਨਹੀਂ ਵੀ ਮਸਤ ਕੇ ਮੇਰੇ ਪਿੱਛੇ ਬੰਦਾ ਖੜਾ ਤੁਸੀਂ ਪੂੰਛ ਚਾਹੇ ਬਾਹੀ ਚੱਲੋ ਖੜ ਕੇ ਹੱਥ ਫੇਰੀ ਚੱਲੋ ਮੈਂ ਕਹਿੰਦਾ ਸਵਾਲ ਨਾਲੇ ਦੇਖ ਲਓ ਇੰਨੀ ਇਹ 'ਚ ਫੜਕ ਹੈ ਇੰਨੀ ਫੜਕ ਹੈ ਇਹਦੇ 'ਚ ਜਾਣ ਇੰਨੀ 'ਚ ਕਿਉਂਕਿ ਮੱਖਣੀ ਦਾ ਐਡਾ ਪੇੜਾ ਖਾਂਦੀ ਹੈ ਦੁੱਧ ਪੀਂਦੀ ਆ ਤਿਆਰ ਕਰ ਰਹੇ ਹਾਂ ਤੇ ਇਹਨੇ ਤਾਂ ਉਹੀ ਨਹੀਂ ਖੜਨਾ ਸੀ ਧੁੱਪੇ ਟੱਪੀ ਜਾਣਾ ਸੀ ਪਰ ਇਹਨੂੰ ਪਤਾ ਵੀ ਮੇਰੇ ਪਿੱਛੇ ਬੰਦਾ ਖੜਾ ਹਾਂ ਵੀ ਇਹਦੇ ਮੇਰੇ ਪਿੱਛੇ ਉਹ ਸਾਂਭਣ ਵਾਲੇ ਖੜੇ ਆ ਇਹਦੇ ਕੰਨ ਵੀ ਦੇਖੋ ਪਿੱਛੇ ਨੂੰ ਨਹੀਂ ਕੰਨ ਵੀ ਅੱਗੇ ਨੂੰ ਖੜੇ ਨੇ ਫਿਕਰ ਨਹੀਂ ਜਮਾਂ ਹੀ ਫਿਕਰ ਨਹੀਂ ਜੀ ਇਹ ਤਾਂ ਅਸੀਂ ਸੁਖਜਿੰਦਰ ਬਾਈ ਕੁਦਰਤ ਵੱਲੋਂ ਕੱਲ ਹਨੇਰੀ ਆ ਗਈ ਸਵੇਰੇ ਵਾਲ ਵੂਲ ਕੱਟ ਕੇ ਕੰਨ ਕੁੰਨ ਸੇਫ ਕਰਕੇ ਖੜਾਉਣੇ ਸੀ ਹੋਏ ਨਹੀਂ ਨਾ ਘੋੜੇ ਦੇ ਨਾ ਉਹਦੇ ਤੇ ਬਾਕੀ ਚਲੋ ਚੀਜ਼ ਤਾਂ ਚੀਜ਼ ਆ ਜੀ ਹੁਣ ਤਾਂ ਗਰਾਊਂਡ 'ਚ ਪ੍ਰੂਫ ਕਰਨਾ ਹੁਣ ਮੈਂ ਇੱਥੇ ਬੈਠਾ ਬਸ਼ੇਰੀ ਦੀ ਤਾਰੀਫ ਕਰੀ ਜਾਵਾਂ ਆਪਦੀ ਚੰਗੀ ਤਾਂ ਹਰੇਕ ਨੂੰ ਲੱਗਦੀ ਆ ਪਰ ਇਹ ਇਸ ਬਸ਼ੇਰੀ ਨੂੰ ਬਾਈ ਮੌੜ ਉਰੀ ਬਾਈ ਤਾਰੀ ਉਰੀ ਲੀਲਾ ਵਾਲੇ ਬਾਈ ਮਨੂ ਸ਼ਰਮੇ ਉਰੀ ਉਹ ਸਾਰਿਆਂ ਨੇ ਕਿਹਾ ਵੀ ਇਹ ਬਸ਼ੇਰੀ ਲਾਲ ਰਤਨ ਦਾ ਬੈਸਟ ਰਿਜ਼ਲਟ ਹੈ ਸ਼ੁਕਰ ਕਿਉਂਕਿ ਮਾਂ ਸੁਲਤਾਨ ਦੀ ਆ ਮਾਂ ਸੁਲਤਾਨ ਕੱਲਾ ਲਾਲ ਰਤਨ ਨਹੀਂ ਲਾਲ ਰਤਨ ਦੀ ਮਾਂ ਵੀ ਚੰਗੀ ਆ ਇੱਧਰੋਂ ਇਹਦੀ ਮਾਂ ਤਾਂ ਦੇਖੋ ਹਾਂ 4-5 ਤੇ ਤੁਸੀਂ ਦੇਖੋ ਵੀ ਵਕੀਲ ਤੋਂ ਸੁਣੀ ਹੈ ਇਸ ਵਾਰ ਇੱਕ ਵੱਖਰਾ ਰਿਜ਼ਲਟ ਆਉਣਾ ਪੰਜਾਬ ਨਸਲ ਦਾ ਘੋੜਾ ਮੈਂ ਤਾਰੀ ਮੈਨੂੰ ਕਹਿੰਦਾ ਬਾਬਾ ਜੀ ਕਾਂਟੇ ਤੋਂ ਮਿਲਾਉਣੀ ਸੀ ਐਡੀ ਵੱਡੀ ਘੋੜੀ ਤੁਸੀਂ ਮੈਂ ਕਿਹਾ ਬਾਈ ਵੀ ਮੈਨੂੰ ਇੱਕ ਵਾਰ ਦੇਖ ਲੈਂਦੇ ਵਕੀਲ ਤੋਂ ਵੀ ਮੇਰੀ ਮਰਜ਼ੀ ਕਰ ਲੈਂਦੇ ਮੈਨੂੰ ਇਹ ਘੋੜੀ ਬਾਈ ਜਦੋਂ ਆਪਣੀਆਂ ਘੋੜੀਆਂ ਮਰ ਗਈਆਂ ਸੀ ਸੁਖਜਿੰਦਰ ਤੇ ਆਪਾਂ ਸਾਰਾ ਦਿਨ ਤਾਰੀ ਤਾਰੀ ਉਈ ਨਹੀਂ ਕਰਦੇ ਜੀ ਉਹ ਜੱਟ ਦੀ ਪਿੱਠ ਸੁਣਦੀ ਆ ਵੀ ਜਦੋਂ ਮੇਰੀਆਂ ਘੋੜੀਆਂ ਮਾਰਤੀਆਂ ਸੀ ਜ਼ਹਿਰ ਦੇ ਕੇ ਜੀ ਉਧਰੋਂ ਜਾਕੀ ਜੀ ਨਹੀਂ ਨਹੀਂ ਇਹ ਇੱਕ ਤਾਂ ਨਾ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਇਹ ਇੰਡੀਆ ਦੇ ਟੌਪ ਦੇ 5 ਘੋੜੀਆਂ 'ਚੋਂ ਇੱਕ ਆ ਇਹਦੇ ਬੰਨ ਦੀ ਪ੍ਰੋਬਲਮ ਸੀ ਇਹ 7 ਦਿਨ ਭੁੱਖੀ ਰਹੀ ਹੋਈ ਆ ਜੀ ਕੱਲ੍ਹ ਹੀ ਇਹਨੂੰ ਹਰਾ ਪਾਇਆ ਲੂਸਣ ਇਹਦਾ ਕੁਆਂਟਲ ਭਾਰ ਘਟ ਗਿਆ ਜੀ ਹੁਣ ਇਹ ਤੁਹਾਨੂੰ ਤਾਂ ਲੱਗਦੀ ਹੋਣੀ ਇਹ ਤੂਫਾਨ ਦੀ ਆ ਜੀ ਲੈ ਮਾਂ ਇਹਦੀ ਸੁਲਤਾਨ ਦੀ ਆ ਜੀ ਇਹਨੇ 50 ਤੋਂ ਉੱਪਰ ਬੱਚਾ ਦੇਣਾ ਤੇ ਜਦੋਂ ਮੇਰੀਆਂ ਘੋੜੀਆਂ ਮਰ ਗਈਆਂ ਸੀ ਮੈਂ ਜੇਲ੍ਹ ਚਲਿਆ ਗਿਆ ਸੀ ਝੂਠੇ ਪਰਚੇ ਪਾਤੇ ਸੀ ਉਦੋਂ ਇੱਕ ਇੱਕ ਸ਼ਖਸ ਆ ਤਾਰੀ ਲੀਨ ਵਾਲਾ ਜਿਹਨੇ ਮੈਨੂੰ ਸਹਾਰਾ ਦਿੱਤਾ ਬਾਬਾ ਜੀ ਫਿਕਰ ਨਾ ਕਰਿਓ ਜਿੰਨੀਆਂ ਤੇਰੀਆਂ ਘੋੜੀਆਂ ਮਰ ਗਈਆਂ ਮੇਰੇ ਆਵੇ ਕਿੱਲੇ ਤੋਂ ਖੋਲ ਕੇ ਲੈ ਜੀ ਓਏ ਹੋਏ ਓਹੋ ਬਾਈ ਨੇ ਮੈਨੂੰ 2 ਘੋੜੀਆਂ ਮੇਰੇ ਰੱਸਾ ਹੱਥ 'ਚ ਫੜਾਤਾ ਔਰ ਵੱਡੀ ਗੱਲ ਹੈ ਕੋਈ ਵੀਡੀਓ ਨਹੀਂ ਜੀ ਮੈਂ ਕਿਹਾ ਬਾਈ ਨਹੀਂ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ 'ਚ ਪਾ ਲੈ ਆਹ ਘੋੜੀ ਉਹਨਾਂ ਨੇ ਗਿਫਟ ਕਰਤੀ ਇਹ ਘੋੜੀ ਗਿਫਟ ਕਰਤੀ ਮਾਰਨ ਵਾਲਿਆਂ ਨੂੰ ਕਹਿਣਾ ਬਾਈ ਮਾਰਨ ਵਾਲਿਆਂ ਨੂੰ ਬਚਾਉਣ ਵਾਲਾ ਵੱਡਾ ਔਰ ਇਹ ਵੀ ਹੈ ਜੀ ਜੇ ਤਾਂ ਇਸ ਘੋੜੀ ਨੇ ਸਾਂ ਬਸ਼ੇਰਾ ਹੋ ਗਿਆ ਫਿਰ ਜੇ ਬਸ਼ੇਰਾ ਹੋਇਆ ਪੰਜਾਬ ਸ਼ਿੰਗਾਰ ਤੋਂ ਜੇ ਤਾਂ 1 ਕਰੋੜ ਰੁਪਏ ਤੋਂ ਉੱਪਰ 2 ਦੰਦ ਹੋਇਆ ਫਿਰ ਤਾਂ ਤਾਰੀ ਕਹਿੰਦਾ ਮੈਨੂੰ ਤਾਰੀ ਕਹਿ ਦਿਓ ਨਹੀਂ ਤਾਰੀ ਨਾ ਕਿਹੋ ਗੱਲ ਉਹ ਕੱਚੀ ਕਰਦਾ ਨੀ 35 ਸਾਲ ਹੋ ਗਏ ਉਹਨਾਂ ਲਿੱਦ ਖਿੱਚਦਿਆਂ ਨੂੰ ਇੰਨਾ ਕਿਤੇ ਯਾਰ ਪਾਈ ਨਾ ਇਹਦੀ ਲਾਈਨ ਬਹੁਤ ਤਕੜੀ ਆ ਨਹੀਂ ਮਾਂ ਸੁਲਤਾਨ ਦੀ ਤੇ ਪਿਓ ਤੂਫਾਨ ਪ੍ਰਿੰਸ ਸੰਘਣੀ ਵਾਲਾ ਤੂਫਾਨ ਦੀ ਪੋਤੀ ਆ ਗਈ ਜੀ ਤੇ ਹੌਲੀ ਆ ਜੇ ਲੀਡ ਚ ਹੁਣ ਪਰਸੋਂ ਨੂੰ ਜੰਪ ਦਵਾਂਗੇ 1 ਜੰਪ ਦੇਣਾ ਸ਼ੁਕਰ ਹਾਂ ਪੰਜਾਬ ਸ਼ਿੰਗਾਰ ਜਾਂਦਾ ਫੱਟੇ ਚੱਕੀ ਸਾਰਿਆਂ ਦੇ ਨਹੀਂ ਨਹੀਂ ਮਾਲਕ ਕਿਰਪਾ ਕਰੇ ਉਹਨੇ ਬਹੁਤ ਹਰੇ ਹੋਰ ਦਿਖਾਉਣੇ ਲੈ ਜਾ ਪੁੱਤ ਆ ਲੈ 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 ਦਿਖਾਓ ਕੋੜੀਆਂ ਜੀਤੋ ਰੱਖੀ ਜਾਓ ਵੈਸੇ ਤਾਂ ਅਸੀਂ ਜਾਣ ਨਹੀਂ ਦਿੰਦੇ ਧਿਆਨ ਲਓ ਜੀ ਆ ਗਿਆ ਮੰਨ ਲਓ ਬਸ਼ੇਰਾ ਮੈਨੂੰ ਜਦੋਂ ਅੰਦਰ ਖੜਾ ਸੀ ਮੈਨੂੰ ਉਦੋਂ ਹੀ ਬਹੁਤ ਪਸੰਦ ਸੀਗਾ ਮੈਨੂੰ ਆਵਾਜ਼ਾਂ ਵੀ ਮਾਰਦਾ ਸੀ ਬਾਬਾ ਜੀ ਆਹ ਬਸ਼ੇਰਾ ਬਹੁਤ ਚੰਗਾ ਇਹਦੀ ਮਾਂ ਬੜੀ ਜ਼ਿਆਦਾ ਚੰਗੀ ਆ ਆਪਣਾ ਨਾਂ ਰੱਖੋ ਤੱਤ ਜੀ 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 ਇਹ ਮਣੀਲੈਂਡ ਦੀ ਨੈਣ ਤਾਰਾ ਘੋੜੀ ਨਹੀਂ ਸੀ ਬਹੁਤ ਮਸ਼ਹੂਰ ਜੀ ਮਣੀ ਘੋੜਾ ਹੋਇਆ ਜੀ ਇਹ ਤਾਰੀ ਬਾਈ ਦੀ ਸਭ ਤੋਂ ਫੇਵਰੇਟ ਘੋੜੀ ਇਹ ਆ ਜੀ
ਤੇ ਸਾਡੀ ਸਭ ਤੋਂ ਮਹਿੰਗੀ ਘੋੜੀ ਵੀ ਇਹੀ ਆ ਜੀ। ਇਹ ਤਿੰਨ ਸ਼ੋਅ ਵੀ ਵਿਨ ਕੀਤੇ ਨੇ ਜੀ। ਇਹਦੀ ਪਹਿਲੀ ਵਿਸ਼ੇਰੀ ਪੰਜ ਕਲਿਆਣੀ ਦਿੱਤੀ ਜਰਾਵਰ ਤੋਂ, ਦਾਦਾ ਆਲੇ ਤੋਂ, ਜਿਹੜਾ ਜਰਾਵਰ ਕਾਂਟੇ ਤੇ ਕਾਮੀਆਂ ਦਾ ਜੀ ਨਾਮ ਤੋਂ ਜੀ। ਤੇ ਉਹ ਇਹ ਸੇਮ ਇਹੀ ਜੀ ਵਿਸ਼ੇਰੀ ਸੀ ਪਰ ਪੰਜ ਕਲਿਆਣੀ ਸੀ ਜੀ। ਉਹ ਸਾਡੀ ਕੁਦਰਤ ਵੱਲੋਂ ਅਸੀਂ ਚੱਲ ਗਏ ਕਿਸੇ ਫਾਰਮ ਦਾ ਉਦਘਾਟਨ ਕਰਨ, 5-6 ਦਿਨ ਉੱਥੇ ਚੱਲ ਗਏ। ਉਹ ਪਿੱਛੋਂ ਬੰਦਾ ਕੱਚਾ ਦੁੱਧ ਪਿਲਾਈ ਗਿਆ ਤੇ ਉਹਨੂੰ ਕਨਾਰ ਹੋ ਗਈ, ਉਹ ਮਰ ਗਈ ਸੀ। ਉਹ ਵਿਸ਼ੇਰੀ ਤੇ 22-23 ਲੀਨ ਵਾਲੇ ਨੂੰ 20,000 ਰੁਪਏ ਗੂਗਲ ਪੇ ਰਾਹੀਂ 20 ਲੱਖ ਰੁਪਏ ਦੀ ਸਾਈ ਆ ਗਈ ਸੀਗੀ 5 ਮਹੀਨਿਆਂ ਦੀ ਕਰਕੇ ਦੇਣ ਦੀ ਮਹਾਰਾਸ਼ਟਰ ਤੋਂ। ਤੇ ਇਹ ਵਿਸ਼ੇਰਾ ਜੀ ਇਹ ਨਾ ਪੁੱਤ ਚੈਂਪੀਅਨ ਬਣਨਾ ਹੋਰ ਗੱਲ ਆ ਜੀ, ਕਿਉਂਕਿ ਵਿਸ਼ੇਰਾ ਸਾਡੇ ਕੋਲ ਇੱਕ ਹੋਰ ਵੀ ਖੜਾ 5 ਕਲਿਆਣਾ ਜੀ। ਉਹ ਅਗਲੇ ਨੂੰ ਦੱਸ ਦਾਂਗੇ ਵੀ ਵੀਰੇ ਜਿੱਤਣ ਵਾਲਾ ਨਹੀਂ ਹੈ, ਉਹ ਮਜ਼ਬੂਤ ਬਣਨ ਵਾਲਾ, ਰੈਡਿੰਗ ਵਾਲਾ ਜੀ ਦਿਖਾਵਾਂਗੇ ਉਹ ਵੀ ਜੀ। ਇਹ ਜਿੱਤਣ ਵਾਲਾ ਰਿੰਗ ਜਿੱਤਣ ਵਾਲਾ ਉਹ ਭਲਵਾਨ ਆ, ਇਹ ਮਾਡਲ ਆ, ਇਹ ਤਾਂ ਮਾਡਲ ਆ ਜੀ। ਹਾਂ ਵੀ ਜਿਵੇਂ ਦੋ, ਹਾਂ ਇਹ ਤਾਂ ਜੀ ਇਹਦੀ ਮਾਂ ਬੜੀ ਚੰਗੀ ਆ ਗਈ ਆਪਦੀ ਮਣੀ ਦੀ ਜੀ। ਤੇ ਸਾਡੀਆਂ ਜਾਨੀ ਸਾਰੀਆਂ ਘੋੜੀਆਂ ਚੋਂ ਮਹਿੰਗੀ ਘੋੜੀ ਇਹ ਆ, ਸਾਰੇ ਸ਼ੋਆਂ ਤੇ ਗਈ ਆ, 3 ਤੇ 3 ਤੇ ਜਿੱਤ। ਪਦਮਣੀ ਘੋੜੀ ਬਹੁਤ ਮਸ਼ਹੂਰ ਆ, ਤਾਰੀ ਲੀਲ ਵਾਲੇ ਦੇ ਘਰੋਂ ਆਈ ਆ। ਜਿੰਨਾ ਕੁ ਮੇਰੀ ਜੱਜਮੈਂਟ ਆ ਬਾਬਾ ਜੀ, ਸੱਚੀ ਆ ਬਸ਼ੇਰਾ ਵਾਕਿਆ ਬਹੁਤ ਚੰਗਾ। ਇਹ ਤਾਂ ਜੀ ਪੈ ਢਿੱਡ ਚ ਪਏ ਜੀ, ਤਾਰੀ ਨੇ ਦੱਸਤਾ ਸੀ ਇਹ ਵਾਕਿਆ ਹੀ ਮੇਰਾ। ਦੇਖੋ ਤਾਰੀ ਦੀ ਇਹ ਗੱਲ ਦੇਖੋ ਤੁਸੀਂ ਬਾਈ ਦੀ, ਉਸ ਮੂੰਹ ਤੇ ਗਹਿਣ ਦਾ ਜਿਹਨੂੰ 5 ਗਏ ਟੱਟੂ ਆ ਬਾਬਾ ਜੀ, ਟਾਇਰ ਬੰਨਿਆ ਤੁਸੀਂ ਮੂੰਹ ਤੇ ਗਹਿਣ ਦਾ, ਪਰ ਆ ਇਹਦੇ ਪੇਟ ਚ ਹੀ ਇੱਕ ਬਾਬਾ ਜੀ, ਇੱਕ ਕਰੋੜ ਦਾ ਪੇਟ ਚ ਹੀ ਦੱਸੀ ਉਹਨੇ। ਤੇ ਜਿਹੜੀ ਤਾਂ ਘੋੜੀ ਅਸੀਂ ਤਾਰੀ ਦੀ ਮਰਜ਼ੀ ਨਾਲ ਲਈ ਆ ਉਹ ਤਾਂ ਸਾਡੇ ਲਾਤੇ ਬੂਟੇ, ਜਿਹੜੀ ਅਸੀਂ ਆਪਦੀ ਇੱਥੇ ਭਲਵਾਨਾਂ ਵਾਂਗੂ ਲੈ ਲਈ ਉਹਨਾਂ ਨੇ ਕੁਛ ਨਹੀਂ ਕੀਤਾ, ਮਰਜ਼ੀ ਕਰ ਲਈ। ਹਾਂ ਇੱਥੇ ਮਰਜ਼ੀ, ਪਰ ਹੁਣ ਤਾਂ ਆਪਾਂ ਖੈਰ ਆਪਣੇ ਉਸਤਾਦ ਨੇ ਘੋੜੀਆਂ ਦੀ ਦੁਨੀਆਂ 'ਚ, ਦੇਖੋ ਇੱਕ ਦਾ ਤਾਂ ਬਣ ਕੇ ਚੱਲਣਾ ਪੈਂਦਾ ਹਨਾ ਜੀ। ਤੇ ਜੇ ਆਪਾਂ ਕਹੀਏ ਵੀ ਆਪਣਾ ਘੋੜਾ ਜਿੱਤ ਗਿਆ ਤੇ ਆਪਾਂ ਨੂੰ ਘੋੜਾ ਬਾਰੇ ਪਤਾ ਲੱਗ ਗਿਆ ਤੇ ਸਾਨੂੰ ਜੀ ਜੱਜ ਖੜਾ ਹੋ, ਇਹ ਗੱਲ ਨਹੀਂ। ਸਮਾਂ ਆਊਗਾ ਖੜਾਂਗੇ, ਹਜੇ ਹੋਰ ਸਿੱਖਦੇ ਹਾਂ, ਸਿੱਖਣਾ ਪੈਂਦਾ। ਪਰ ਇਹ ਘੋੜੀ ਵੀ ਸੁਖਜਿੰਦਰ ਬਾਈ ਕਿਸੇ ਸ਼ੋਅ 'ਚ ਲਿਜਾਈਏ ਪਹਿਲੇ 3 'ਚ ਖੜਦੀ ਆ, ਪਰ ਇਹ ਬਰੀਡਿੰਗ ਬਾਹਲਾ ਤਗੜਾ ਕਰਨ ਲੱਗ ਗਈ ਕਿਉਂਕਿ ਦੂਜਾ ਸੂਆ ਪਹਿਲਾ ਸੂਆ ਹੀ ਇਹਨੇ ਰਿਕਾਰਡ ਤੋੜਤਾ ਸੀ, ਇਸ ਕਰਕੇ ਇਹਨੂੰ ਸ਼ੋਅ 'ਤੇ ਲਿਆ। ਪੰਜਾਬ ਸ਼ਿੰਗਾਰ ਤੋਂ ਗੱਭਣਾ, ਸਾਰੀਆਂ ਗੱਭਣ ਨੇ ਪੰਜਾਬ ਸ਼ਿੰਗਾਰ ਤੋਂ। ਅੱਛਾ ਹੁਣ ਪੰਜਾਬ ਸ਼ਿੰਗਾਰ ਤੋਂ ਅਗਲਾ ਬੱਚਾ ਜਿਹੜਾ ਅਗਲੇ ਤਾਂ ਫਿਰ ਬੰਬ ਹੀ ਕੱਢ ਦੇਣੇ ਹੁਣ। ਹਾਂ ਅਗਲਾ ਬੱਚਾ ਨਹੀਂ ਬੱਚਾ ਬਾਬਾ ਜੀ, ਇੱਕ ਇਹਦੀ ਛਾਤੀ ਗਰਦਨ ਮੂੰਹ ਪਤਲਾ, ਕੰਨਾਂ ਦੇ ਵਿਚਾਲੇ ਗੈਪ ਉੱਤੋਂ ਕੁੰਡੀ, ਮੱਥੇ ਪਟਾ ਤੇ ਪੈਰ ਥੋੜੇ ਬਣਾਉਣ ਵਾਲੇ ਸੀ, ਆਉਣਾ ਬੰਦੇ ਨੇ 4 ਦਿਨਾਂ ਤੱਕ, ਪੁੱਠ ਪਿੱਠ ਪੁੜਾ, ਐਨਰਜੀ ਲੈਵਲ, ਮੂੰਹ ਪਤਲਾ, ਦੇਖੋ ਗਲਾਸ 'ਚ ਪਾਣੀ ਪਿਲਾ ਲਓ ਚਾਹੇ, ਤੇ ਬਹੁਤ ਜ਼ਿਆਦਾ ਛੋਟਾ, ਮੱਥਾ ਚੌੜਾ ਦੇਖੋ ਕਿੰਨਾ, ਇੰਨਾ ਮੱਥਾ ਚੜਾਈ ਬਹੁਤ ਆ, ਗਰਦਨ ਦੀ ਲੰਬਾਈ। ਇਹ ਤਾਂ ਘੋੜੀ ਦਾ ਹੀ ਪਤਾ ਸੀ ਵੀ ਪਹਿਲੇ, ਜਿਵੇਂ ਸ਼ਾਨ ਦੀ ਮਾਂ ਦਾ ਪਤਾ ਨਾ ਵੀ ਉਹਨੇ ਸਾਨ ਜੰਮਣਾ ਹੀ ਜੰਮਣਾ, ਐਵੇਂ ਘੋੜੀ ਦਾ ਹੀ ਪਤਾ ਸੀ। ਸ਼ਾਨ ਦੀ ਮਾਂ 22-23 ਕੋਲੇ, ਹਾਂ 22-23 ਕੋਲੇ ਜਿਹੜੀ ਘੋੜੀ, ਹਾਂ ਬਾਈ ਨੂੰ ਘੋੜੀ ਵੱਟੇ ਇੰਨੇ ਪੈਸੇ ਮਿਲਦੇ ਸੀ, ਮਿਲ ਵੀ ਰਹੇ ਨੇ, ਪਰ ਬਾਈ ਨੇ ਆਪਾਂ ਕਹਿ ਕੇ ਆਏ ਤੇ ਵਚਨ ਕਰਕੇ ਵੀ ਬਾਈ ਘੋੜੀ ਇਹ ਵੇਚਣੀ, ਜਿਹਨੇ ਤੈਨੂੰ ਦੁਨੀਆਂ ਦੇ ਵਿੱਚ ਜਿਹੜੇ ਸਾਨ ਦੇਤੇ ਇਹ ਘੋੜੀ ਪੰਜਾਬ ਚੋਂ ਬਾਹਰ ਨਾ ਜਾਣਾ। ਮੈਨੂੰ ਇਹ ਲੱਗਦਾ ਵੀ ਜੇ ਸੱਚੀ ਮਾਰਕੀਟਿੰਗ ਕਰਨੀ ਹੋਵੇ ਉਹਦੀ ਤਾਂ ਬੇਸ਼ੱਕ ਲੈਦ ਵੀ ਵੇਚ ਲਾ, ਘੋੜਿਆਂ ਨੂੰ ਚਾਉਣ ਵਾਲੇ ਉਹਦੀ ਲੈਦ ਵੀ ਲੈ ਜਾਣਗੇ। ਮੈਂ ਉਹਨੂੰ ਖਿਤਾਬ ਦਿੱਤਾ ਸੀ ਜੀ, ਸ਼ੇਰਨੀ ਦਾ ਦੁੱਧ ਜੀ, ਵੀ ਉਹ ਘੋੜੀ ਨਹੀਂ ਉਹ ਸ਼ੇਰਨੀ ਦਾ ਦੁੱਧ ਆ, ਜਿਹਨੇ ਚੁੰਘ ਲਿਆ ਉਹ ਚੈਂਪੀਅਨ ਬਣ ਕੇ ਲਓ, ਚੈਂਪੀਅਨ। ਪੰਜਾਬ ਸ਼ਾਨ ਕੁੰਦਣ ਤੋਂ ਲਾ ਲਓ, ਕੁੰਦਣ ਸ਼ਾਨ ਸੁਰਖਾਵ ਪੰਜਾਬ ਸ਼ਿੰਗਾਰ। ਹੁਣ ਰਾਜ ਸ਼ਿੰਗਾਰ ਦੀ ਮਾਂ ਰੂਪਮਣੀ ਰਾਜ ਰਾਣੀ, ਉਹਦੇ ਤੇ 2 ਵਿਸ਼ੇਰੀਆਂ ਹੋਰ ਸੀ, ਇੱਕ ਵੱਡੀ ਤਾਂ ਮਰ ਗਈ ਨਾ ਚੜਾਈ ਕਰ ਗਈ ਰਾਜ ਸ਼ਿੰਗਾਰ ਦੀ ਮਾਂ। ਹੁਣ ਤੁਸੀਂ ਆਪੇ ਹਿਸਾਬ ਲਾ ਲਓ, ਮੇਰੇ ਅੱਖਾਂ ਦੇ ਸਾਹਮਣੇ ਉਹਦੇ 7 ਕਰੋੜ ਰੁਪਇਆ ਰਾਜ ਸ਼ਿੰਗਾਰ ਦਾ ਦੇ ਰਹੇ ਸੀ ਪੰਜਾਬ ਸ਼ਿੰਗਾਰ ਦੇ ਭਰਾ ਦਾ, ਤੇ ਉਹਦੀ ਮਾਂ ਨੇ ਪਹਿਲਾਂ ਹੀ ਸੂਆ ਦਿੱਤਾ, 67 ਇੰਚ ਦੀ ਸੀ ਉਹ ਪੰਜਾਬ ਸ਼ਿੰਗਾਰ ਦੀ ਵੱਡੀ ਭੈਣ, ਘੱਟੋ ਘੱਟ 15 ਸੂਏ ਦੇ ਦਿੰਦੀ ਤਾਂ 80-90 ਕਰੋੜ ਰੁਪਇਆ ਵਟਾ ਕੇ ਜਾਂਦੀ। ਜੇ ਆਪਾਂ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀਏ ਦੇ ਦਈਏ, ਹੀਰਾ ਵੇਚ ਲਓ, ਹੀਰੇ ਦੀ ਖਾਨ ਨਾ। ਮੈਨੂੰ ਕਈ ਕਹਿੰਦੇ ਨੇ ਵੀ ਘੋੜਾ ਵੇਚ ਦੇ, ਘੋੜਾ ਵੇਚ ਕੇ ਸਾੜਿਓ, ਮੈਂ ਇੱਕ ਫੋਰਚੂਨਰ ਲੈ ਲੂੰ, 20 ਕਿੱਲੇ ਜ਼ਮੀਨ ਲੈ ਲੂੰ, ਜੇਬ 'ਚ ਚਾਂਦੀ ਦੀ ਡੱਬੀ ਰੱਖੂੰ, ਫੀਮ ਖਾਊਂ, ਤੁਹਾਨੂੰ ਕੀ ਫਾਇਦਾ, ਆਸ਼ਰਮ ਨੂੰ ਕੀ ਫਾਇਦਾ, ਘੋੜੇ ਦਾ ਤਾਂ ਮੈਂ ਬੱਚੇ ਪੈਦਾ ਕਰ ਲੂੰ, ਰੁਜ਼ਗਾਰ ਮਿਲਿਆ, ਨਸਲ ਪੈਦਾ ਹੋ ਜੂ, ਆਸ਼ਰਮ ਨੂੰ ਰੋਟੀ ਮਿਲਦੀ ਆ, ਤੇ ਪੈਸੇ ਨਾਲ ਤਾਂ ਸਾੜਿਓ ਮੇਰੀ ਹਵਾ ਹੀ ਖਰਾਬ ਹੋਣੀ ਆ। ਹੈਂ ਹੁਣ ਤਾਂ ਮੈਂ ਕਿਸੇ ਨਾਲ ਲੜਦਾ ਨਹੀਂ ਵੀ ਮੇਰਾ ਘੋੜਾ ਕਰੇ ਖੜਾ, ਜੇ ਮੈਂ ਅੰਦਰ ਵਗ ਗਿਆ ਜੇਲ੍ਹ 'ਚ ਮੇਰਾ ਘੋੜਾ ਰਲ ਜੂ, ਚੁੱਪ ਕਰ ਜੇ। ਜੇ ਮੇਰਾ 8 ਕਰੋੜ ਬੈਂਕ 'ਚ ਪਿਆ ਹੋਵੇ, ਮੇਰਾ ਕਿਆ ਪਤਾ ਵੀ 20 ਲੱਖ ਜੱਜ ਨੂੰ ਮਾਰਾਂਗੇ, ਚਲਾ ਦੇ ਗੋਲੀ ਭੈਣ 'ਚ, ਬਾਹਲਾ ਪੈਸਾ ਦਿਮਾਗ ਖਰਾਬ ਕਰ ਦਿੰਦਾ, ਲੰਮਾ ਚੱਲਣਾ।
ਹੌਲੀ ਚੱਲਣਾ ਹਾਂ ਸੁਪਨਾ ਵੀ 40 ਘੋੜੀਆਂ 10 ਸਾਨ ਬਰੀਡਿੰਗ ਕਰਨੀ ਆ ਤੇ ਕਿਰਤ ਕਰਨੀ ਆ ਖੇਤੀ ਦਾ ਕੋਈ ਸ਼ੌਂਕ ਨਹੀਂ ਜੀ ਬਸ ਘੋੜੀਆਂ ਦੇ ਕੰਮ ਉਹ ਕਰੋ ਯਾਰ ਜਿਹੜਾ ਤੁਹਾਨੂੰ ਇਸ਼ਕ ਹੈ ਵਾਹ ਹੁਣ ਬਾਈ ਆ ਸਾਡਾ ਬਾਈ ਹੋਰੇ ਜੀ ਜੀ ਬਾਈ ਇਹ ਆਪਣਾ ਸਰਦਾਰ ਨੇ ਆਪਣੇ ਰਣੀਕੇ ਵਾਲੇ ਜੀ ਬਾਈ ਕੁਲਦੀਪ ਸਿੰਘ ਜੀ ਤੇ ਬਾਈ ਨੂੰ ਖੇਤੀ ਦਾ ਬਹੁਤ ਸ਼ੌਂਕ ਆ ਜੀ ਬਹੁਤ ਜ਼ਿਆਦਾ ਜ਼ਮੀਨ ਆ ਬਾਈ ਕੋਲੇ ਜੀ ਬਾਈ ਕਿੰਨੇ ਟਰੈਕਟਰ ਤੋੜਤੇ ਹੁਣ ਤੱਕ ਸ਼ੋਰੂਮ ਪੀਸ ਇਹ ਨੀ ਵੀ ਲਾਪਰਵਾਹੀ ਚ ਤੋੜਨੇ ਨੇ ਕੰਮ ਉਹਨਾਂ ਤੋਂ ਇੰਨੇ ਤਰੀਕੇ ਨਾਲ ਲਿੱਤਾ ਹੋਇਆ ਮਤਲਬ ਆਪਾਂ ਸ਼ਬਦਾਂ ਚ ਵੀ ਨਹੀਂ ਬਿਆਨ ਕਰ ਸਕਦੇ ਮਹਾਰਾਜ ਜੀ ਸਾਰਾ ਕੁਝ ਜਾਣਦੇ ਨੇ 10 ਸਾਲਾਂ ਤੋਂ ਆਪਣੇ ਯਾਰ ਨੇ ਇਹਨਾਂ ਨੂੰ ਖੇਤੀ ਦਾ ਸ਼ੌਂਕ ਆ ਮੈਂ ਉਹਦੇ ਕਿਹਾ ਮੈਂ ਕਿਹਾ ਯਾਰ ਆਹ ਮਿੱਟੀ ਖਿੱਚਣ ਵਾਲੀ ਆ ਬਾਈ ਕੁਲਦੀਪ ਕਹਿੰਦਾ ਬਣਾਓ ਚਾਹ ਲਿਆਓ ਕਰਾ ਮਾਂ ਦੇ ਪੁੱਤ ਨੇ ਘੰਟੇ ਜੀ ਮਾਰੀ ਖਿੱਚ ਕੇ ਮਿੱਟੀ ਬਣਾਤਾ ਛੋਟਾ ਟਰੈਕਟਰ ਛੋਟਾ ਐਂਟਰ ਤੇ ਕੰਮ ਲਿਆ ਛੋਟੇ ਟਰੈਕਟਰ ਤੋਂ ਕੰਮ ਲੈਤਾ ਵੀਰੇ ਇੱਕ ਛੋਟੇ ਟਰੈਕਟਰ ਤੋਂ ਬੜੇ ਟਰੈਕਟਰ ਜਿੰਨਾ ਕੰਮ ਲੈਤਾ ਲਿਆਇਓ ਵੀਰੇ ਘੋੜੀ ਹੋਰ ਸੋਹਣੇ ਖੋਲ ਕੇ ਹੋਰ ਲਿਆਇਓ ਘੋੜੀ ਨਹੀਂ ਬਾਬਾ ਜੀ ਇਹ ਗੱਲ ਪੱਕੀ ਆ ਮੈਂ ਦੇਖਿਆ ਵੀ ਸਾਹ ਵੀ ਪੂਰੇ ਹੋ ਜਾਂਦੇ ਆ ਸ਼ੌਂਕ ਵੀ ਪੂਰੇ ਹੋ ਜਾਂਦੇ ਆ ਜੇ ਪੂਜਿਆ ਜਾਂਦਾ ਤਾਂ ਇਸ਼ਕ ਹੀ ਪੂਜਿਆ ਜਾਂਦਾ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ ਆਹ ਦੇਖੋ ਆਹ ਤੇਗ ਆ ਜਿਹੜੀ ਇਹਦੇ ਬਾਰੇ ਵੀ ਦੱਸਾਂ ਇਹ ਮੌਜੂਦਾ ਮੁਖੀ ਤਰਨਾ ਦਲ ਮਿਸਲ ਸ਼ਹੀਦਾਂ ਬਾਬਾ ਬਕਾਲਾ ਸਾਹਿਬ ਸੰਤ ਬਾਬਾ ਜੋਗਾ ਸਿੰਘ ਜੀ ਗੱਦੀ ਨਸ਼ੀਨ ਹੋਏ ਨੇ ਉਹਨਾਂ ਨੇ ਦੋ ਧਾਰੀ ਤੇਗ ਭੇਂਟ ਕੀਤੀ ਆ ਇਹਨੂੰ ਫੜਨ ਸਾਰ ਹੀ ਪਤਾ ਨਹੀਂ ਅਜੀਬ ਜੀ ਫੀਲਿੰਗ ਐਂ ਜੇ ਅੰਦਰ ਸ਼ਕਤੀ ਜੀ ਵੀ ਯਾਰ ਗੁਰਮਤ ਤੇ ਪਹਿਰਾ ਦਈਏ ਤੇ ਐਟੋਮੈਟਿਕ ਹੀ ਮਨ ਦੇ ਵਿੱਚ ਖਿਆਲ ਸੁਚੱਜੇ ਪੋਜ਼ਿਟਿਵਿਟੀ ਕੋਈ ਤਾਂ ਸ਼ਾਸਤਰਾਂ ਨੂੰ ਪੀਰ ਕਿਹਾ ਤਾਂ ਹੀ ਇਹ ਕੀ ਆਖਿਆ ਸੀ ਦੋ ਧਾਰੀ ਤੇਗਾ ਤੇਗਾ ਤੇ ਇਹ ਫਰਕ ਹੁੰਦਾ ਤੇਗ ਤਲਵਾਰ ਇਹ ਦੇਖੋ ਮੈਂ ਤੁਹਾਨੂੰ ਦੱਸਦਾ ਤਲਵਾਰ ਹੁੰਦੀ ਆ ਤਲ ਤੇ ਵਾਰ ਕਰਨ ਵਾਲੀ ਸਿੱਧੀ ਥੱਲੇ ਜੀ ਕਿਰਪਾਨ ਹੁੰਦੀ ਆ ਵੈਸੇ ਉਹਦੇ ਅਰਥ ਇਹ ਵੀ ਕਰਦੇ ਨੇ ਵੀ ਤਲਵਾਰ ਨੂੰ ਕਿਰਪਾਨ ਰੋਕਣੀ ਆ ਵੀ ਗਰੀਬ ਤੇ ਜਿਹੜੀ ਵਾਰ ਕਰਦੀ ਆ ਉਹਨੂੰ ਰੋਕਣ ਲਈ ਕਿਰਪਾਨ ਕਹਿੰਦੇ ਨੇ ਉਹ ਹੁੰਦੀ ਇੱਕ ਆ ਅਰਥ ਵੱਖੋ ਵੱਖਰੇ ਨੇ ਇਹ ਆ ਕਿ ਤੇਗ ਜੀ ਜਿਹਦੇ ਨਾਲ ਤੇਗਾ ਲਾ ਲਓ ਤੇਗਾ ਥੋੜ੍ਹਾ ਚੌੜਾ ਹੈ ਤੇਗ ਹੈ ਇਹਨੂੰ ਡੂੜਧਾਰੀ ਤੇਗ ਵੀ ਕਹਿੰਦੇ ਨੇ ਇਹ ਦੇਖੋ ਆਹ ਧਾਰ ਆ ਸਾਰੀ ਇੱਧਰੋਂ ਅੱਧੀ ਧਾਰ ਇੱਧਰ ਆ ਜਦੋਂ ਬੰਦਾ ਨੇੜੇ ਆਉਂਦਾ ਆਹ ਚੀਜ਼ ਵੱਜਣੀ ਆ ਇੱਥੋਂ ਆਹ ਘੁੰਮਣੀ ਆ ਤੇ ਜਦੋਂ ਪਿੱਛੇ ਦੁਸ਼ਮਣ ਆ ਜਦੋਂ ਇਹਨੇ ਪਿੱਛੋਂ ਦੀ ਘੁੰਮ ਕੇ ਆਉਣਾ ਤਾਂ ਆਹ ਚੀਜ਼ ਨੇ ਪਿੱਛੋਂ ਝੜਕਣਾ ਜਾਣੀ ਇਹ ਥੋੜ੍ਹਾ ਜਿਹਾ ਗੁੱਟ ਚ ਮੇਰੇ ਗੁੱਟ 'ਚ ਇੰਨੀ ਜਾਣ ਨਹੀਂ ਹੈ ਜਾਂ ਤਾਂ ਫਿਰ ਡਲੇ ਡੁਲੇ ਵਾਲੇ ਛਕਣੇ ਪੈਣੇ ਆ ਇਹ ਜਾਣੀ ਮਹਾਰਾਜ ਨੇ ਜਦੋਂ ਸ਼ੇਰ ਮਾਰਿਆ ਛੇਵੇਂ ਪਾਤਸ਼ਾਹ ਨੇ ਤੇਗੇ ਨਾਲ ਹੀ ਮਾਰਿਆ ਜੀ ਸ਼ੇਰ ਜਦੋਂ ਵੱਢਿਆ ਜਾਂਦਾ ਤਾਂ ਲੱਕ ਤੋਂ ਵੱਢਿਆ ਜਾਂਦਾ ਲੱਕ ਕਮਜ਼ੋਰ ਹੁੰਦਾ ਸ਼ੇਰ ਦਾ ਸ਼ੇਰ ਜਦੋਂ ਛਾਲ ਮਾਰਦਾ ਨਾ ਢਾਲ ਤੇ ਵਜਨ ਆ ਜਾਂਦਾ ਉਹ ਢਾਲ ਤੋਂ ਜਿਵੇਂ ਆਪਾਂ ਪਿੱਲਰ ਆਪਣੇ ਉੱਪਰ ਗਿਰਦਾ ਹੁਣ ਪਿੱਲਰ ਥੱਲੇ ਜ਼ੋਰ ਲਾਵਾਂਗੇ ਤਾਂ ਥੱਲੇ ਦੱਬੇ ਜਾਵਾਂਗੇ ਉਹ ਪਿੱਲਰ ਨੂੰ ਐਂ ਸਾਈਡ 'ਤੇ ਕੱਢ ਦੇਣਾ ਜਦੋਂ ਸ਼ੇਰ ਆਉਂਦਾ ਉਹ ਸਾਰਾ ਵਜਨ ਢਾਲ ਦੇ ਕੇ ਆਪ ਸਾਈਡ 'ਤੇ ਨਿਕਲ ਜਾਣਾ ਪਿੱਛੋਂ ਕੰਗਰੋੜ 'ਤੇ ਮਾਰ ਅਤੇ ਕੰਗਰੋੜ ਨੂੰ ਇਹ ਸੜਦੀ ਪਰ ਇਹਨੂੰ ਚਲਾਉਣ ਵਾਲੀ ਆਪ ਹੀ ਤਿੰਨ ਸਾਢੇ ਤਿੰਨ ਚਾਰ ਕਿਲੋ ਦੀ ਆ ਹੁਣ ਤੁਹਾਨੂੰ ਆ ਬਾਪੂ ਬਾਬਾ ਦੀਪ ਸਿੰਘ ਜਿਹੜਾ 18 ਸ਼ੇਰ ਦਾ ਖੰਡਾ ਚੱਕੀ ਫਿਰਦਾ ਦਾ ਖੰਡਾ ਇਹ ਚੱਕ ਕੇ ਪਰੇ ਉਰੇ ਨਹੀਂ ਹੁੰਦਾ ਉਹ ਇਹ ਤਾਂ ਅੱਜ ਵੀ ਪਿਆ ਦਰਬਾਰ ਸਾਹਿਬ ਦੇ ਵਿੱਚ ਗੋਟੇ ਮਚੋ ਦਿੰਦੀ ਹੈ ਤੇਗ ਏਡੀ ਹੈ ਇਹਨੂੰ ਸਾਹਮਣੇ ਧਰ ਕੇ ਚੌਪਈ ਸਾਹਿਬ ਦੇ ਪਾਠ ਕਰੀਏ ਨੇ ਸਿੱਧ ਹੋ ਜਾਣਾ ਇਹ ਘੋੜੀ ਪੰਜਾਬ ਸ਼ਿੰਗਾਰ ਤੋਂ ਗੱਬਣ ਤੂਫਾਨ ਦਾ ਕੋਈ ਘੋੜਾ ਉਹਦੀ ਵਿਸ਼ੇਰੀ ਆ ਪਹਿਲਾ ਸੂਆ ਦਿੱਤਾ ਕਲਿਆਣ ਤਾਂ ਟਵਾਣੇ ਤੋਂ ਇਹ ਜਿਹੜਾ ਤੈਨੂੰ ਮੈਂ ਕਹਿੰਦਾ ਸੀ ਵੀ ਘੋੜਾ ਬਣੂਗਾ ਜਿਵੇਂ ਜ਼ਬਰ ਜੰਗ ਘੋੜਾ ਮਜ਼ਬੂਤ ਜੀ ਮਜ਼ਬੂਤ ਬਹੁਤ ਜ਼ਿਆਦਾ ਆ ਪਰ ਇਹ ਕੱਟ ਜਿਵੇਂ ਰਿੰਗ 'ਚ ਨਹੀਂ ਮੈਂ ਤੁਹਾਨੂੰ ਪਹਿਲਾਂ ਕਹਾਂ ਵੀ ਪਹਿਲੇ ਤੇ ਦੂਜੇ ਤੇ ਤੀਜੇ ਤੇ ਆਊ ਚੌਥੇ ਤੇ ਆਊ ਹਾਂ 10ਵੇਂ 8ਵੇਂ 10ਵੇਂ ਦਾ ਕੋਈ ਪਤਾ ਨਹੀਂ ਰੱਬ ਖੈਰ ਕਰੇ ਕਿਉਂਕਿ ਜਿਹਦੀ ਥੋੜ੍ਹੀ ਨੈੱਕ ਮੋਟੀ ਆ ਪਰ ਇਹਦਾ ਮਾਰਕਾ ਦੇਖੋ ਪੰਜ ਕਲਿਆਣ ਹੈ ਅੜ ਘੋੜੀ ਦੇ ਚਾਰੇ ਪੈਰ ਕਾਲੇ ਅਤੇ ਮੱਥੇ ਫੁੱਲ ਅਤੇ ਭਾਗ ਭੌਰੀ ਆ ਅਤੇ ਦੇਵਮਾਨ ਹੈ ਦੋ ਚੀਜ਼ਾਂ ਨੇ ਇਹ ਦੋਨੇ ਜੋੜਾ ਵਿਖਾਊ ਆ ਕਾਰਨ ਪਤਾ ਕਿਉਂ ਮੇਰੀਆਂ ਘੋੜੀਆਂ ਨੇ ਬਛੇਰੇ ਵਾਲੇ ਦੇ ਤੇ ਇਹਦਾ ਜੇ ਕੰਨ ਕੁੰਨ ਵਾਲ ਬੂਲ ਵਾਲੇ ਨੇ ਖਰਖਰਾ ਨਹੀਂ ਕਦੇ ਮਾਰਿਆ ਇਹ ਭਾਅ 'ਚ ਦੇ ਦਾਂਗੇ ਸੁਖਜਿੰਦਰ ਬਾਈ ਕੋਈ NRI ਵੀਰ ਸ਼ੌਂਕ ਪੂਰਾ ਕਰਨਾ ਚਾਹੁੰਦਾ ਵੀ ਇੰਨਾ ਕੁ ਵਾਅਦਾ ਕਰਦੇ ਆ ਵੀ ਪੰਜਾਬ ਸ਼ਿੰਗਾਰ ਦੀ ਬਛੇਰੀ ਜੇ ਉਹਨੇ ਦੇਤੀ ਸਾਲ ਦੀ ਕਰਕੇ ਦੇ ਦੇ ਸਾਨੂੰ ਜਿੰਨੇ ਦੀ ਘੋੜੀ ਲਊਗਾ ਉਨੇ ਦੀ ਲੈ ਲਾਂਗੇ ਹੈ ਕੋਈ ਬਰੀਡਰ ਜਿਹੜਾ ਐਡੀ ਗੱਲ ਕਹਿ ਦੇ ਜੋੜਾ ਜਿੰਨੇ ਦਾ ਲਊਗਾ ਹੁਣ ਜਿਵੇਂ ਮੰਨ ਲਓ ਵੀ ਜੇ ਕਿਸੇ ਨੇ ਬਛੇਰਾ ਲੈਣਾ ਬਛੇਰਾ ਲੈ ਲੇ ਜੀ ਘੋੜੀ ਲੈਣੀ ਆ ਘੋੜੀ ਲੈ ਲੇ ਜੀ ਜੋੜਾ ਲੈਣਾ ਜੋੜਾ ਲੈ ਲੇ ਜੀ ਪਰ ਜਿੰਨੇ ਦੀ ਘੋੜੀ ਦੇਵਾਂਗੇ ਜੀ
ਸਾਲ ਦੀ ਬਛੇਰੀ ਦੇ ਦੇ ਪੰਜਾਬ ਸ਼ਿੰਗਾਰ ਦੀ ਘੋੜੀ ਫ੍ਰੀ ਕਰ ਦਾਂਗੇ ਉਹਦੀ ਹਾਂ ਜਿਹੜੀ ਆਮ ਉਹ ਘੋੜੀ ਨੂੰ ਚੰਗਾ ਮੰਨਿਆ ਜਾਂਦਾ ਵੀ ਜਿਹੜੀ ਅੱਧ ਦਾ ਬੱਚਾ ਦੇ ਦੇ ਜੀ ਜੇ 6 ਲੱਖ ਦੀ ਘੋੜੀ ਆ 3 ਲੱਖ ਦਾ ਬੱਚਾ ਦੇ ਦੇ ਜੀ ਆਪਾਂ ਦੇਣ ਵਾਲੀ ਗੱਲ ਕਰੀਏ ਕਿ ਉੱਦਾਂ ਮੰਗਣ ਵਾਲੀ ਨਹੀਂ ਜੋ ਮਰਜ਼ੀ ਕਰ ਦਿਓ ਅੱਜ ਇਹ ਵੀ ਗੱਲ ਵੱਡੀ ਹੋ ਜਾਣੀ ਮੇਰੇ 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 ਹਿਸਾਬ ਨਾਲ ਚੈਨਲ 'ਤੇ ਪਹਿਲਾ ਬੰਦਾ ਹੋਊਗਾ ਜਿਹੜਾ ਪੈਸੇ ਮੰਗੂਗਾ ਨਹੀਂ ਮੈਂ ਨਹੀਂ ਮੰਗਦਾ ਕੋਈ ਹਾਂ ਮੈਂ ਮੈਨੂੰ ਕੀ ਲੋੜ ਹੈ ਲੈਣਾ ਲਓ ਜੀ ਦਊਂਗਾ ਰੱਸੇ 'ਚ 10,000 ਛੱਡਦਾ ਉਹ ਜੋੜਾ ਦੇ ਦੂੰਗਾ 13 ਲੱਖ ਰੁਪਈਆ 13 ਲੱਖ ਰੁਪਈਏ 13 ਲੱਖ ਰੁਪਏ ਅਤੇ ਜਦੋਂ 13 ਲੱਖ ਦਾ ਜੋੜਾ ਹੋ ਗਿਆ ਅਤੇ ਜੇ ਮੰਨ ਕੇ ਚੱਲੋ ਵੀ ਇਕੱਲੀ ਘੋੜੀ ਆ ਉਹਨੂੰ ਕਿੰਨੇ ਦੀ ਮੰਨ ਘੋੜੀ 7.5 ਦੀ ਮੰਨ ਲਓ ਠੀਕ ਆ ਜੀ ਬਛੇਰਾ 5.5 ਦਾ ਮੰਨ ਲਓ 7 ਦੀ ਘੋੜੀ ਮੰਨ ਲਓ ਅਤੇ 6 ਦਾ ਬਛੇਰਾ ਮੰਨ ਮਤਲਬ 25-30 ਹਜ਼ਾਰ ਮੌਕੇ 'ਤੇ ਵੀ ਛੱਡ ਦਾਂਗੇ ਕਿੰਨੇ ਚਿਰ ਦਾ ਬਛੇਰਾ ਹਾਂ ਬਛੇਰਾ 3.5 ਮਹੀਨਿਆਂ ਦਾ ਹੋ ਗਿਆ ਘੋੜੀ 50 ਲੱਖ ਰੁਪਏ ਤਾਂ ਪੰਜਾਬ ਸ਼ਿੰਗਾਰ ਦੀ ਫੀਸੇ ਕੱਢ ਦਿਓ ਘੋੜੀ ਚੈੱਕ ਪਾਸ ਆ ਜੀ ਗੱਬਣਾ ਪੰਜਾਬ ਸ਼ਿੰਗਾਰ ਤੋਂ ਗੱਬਣਾ ਘੋੜੀ ਤਾਂ ਆਪਾਂ ਇਹ ਕਹਿ ਲਈਏ ਵੀ ਘੋੜੀ ਤਾਂ 1 ਸਾਲ ਨੂੰ ਫ੍ਰੀ ਆ ਜਿਹੜੀ ਬਛੇਰੀ ਦਿੰਦਾ ਆਪਾਂ ਬਛੇਰੀ ਦੇ ਦੇ ਸਾਲ ਦੀ ਕਰਕੇ ਘੋੜੀ ਉਹਦੀ ਫ੍ਰੀ ਆ ਵਕਿਆ ਦਾਂਗੇ ਜੀ ਔਰ ਪਹਿਲੀ ਘੋੜੀ ਹਾਜ਼ਰ ਨਾਜ਼ਰ ਪਰਮੇਸ਼ਰ ਘੋੜੇ ਸਾਹਮਣੇ ਖੜੇ ਨੇ ਕਦੇ ਟੀਕਾ ਨਹੀਂ ਚੱਕ ਕੇ ਦੇਖਿਆ ਜੀ ਕਦੇ ਲਿੱਦ ਪਤਲੀ ਨਹੀਂ ਕਰੀ ਕਦੇ ਲਿੱਦ ਕੈੜੀ ਨਹੀਂ ਕਰੀ ਜੋ ਮਰਜ਼ੀ ਪਾ ਦਿਓ ਖਾ ਲੈਂਦੀ ਆ ਪਿਛਲੀ ਵਾਰ ਕਲਿਆਣ ਘੋੜਾ ਟਿਵਾਣੇ ਬਾਈ ਕੋਲੇ 3 ਵਜੇ ਘੋੜੀ ਨੇ ਮਿਲਣਾ ਤੀ 3 ਵਜੇ ਸਹੀ ਜਾ ਕੇ 5 ਮਿੰਟ ਪਹਿਲਾਂ ਤਾਰਤੀ ਘੋੜਾ ਲਿਆਂਦਾ ਜੰਪ ਦਿੱਤਾ ਘਰੇ ਲਿਆਂਦੀ 11.5 ਮਹੀਨਾ ਬਾਅਦ ਸੂਪੀ ਔਰ ਕਿੰਨਾ ਨਰੋਆ ਬੱਚਾ ਦਿੱਤਾ ਔਰ ਘੋੜੀ ਦੇ ਦੇਖੋ ਜੀ ਮੱਥੇ ਫੁੱਲ ਚਾਰੇ ਪੈਰ ਕਾਲੇ ਘੋੜੀ ਦੇ ਚਾਰੇ ਪੈਰ ਮੱਚੇ ਦੇ ਚਿੱਟੇ ਤੇ ਮੱਥੇ ਪਟਾ ਤੇ ਬੱਚਾ ਦਿੱਤਾ 5 ਕਲਿਆਣਾ ਮੱਥੇ ਦੀ ਹੱਡੀ ਵੀ ਚਿੱਟੀ ਆ ਜਿਹਨੂੰ ਮਾਰਕੇ ਦਾ ਸ਼ੌਂਕ ਆ ਕੰਨ ਦੇਖੋ ਬਹੁਤ ਸੁੰਦਰ ਆਏ ਨੇ ਹਾਂ ਥੋੜਾ ਮਜ਼ਬੂਤ ਜ਼ਿਆਦੇ ਆ ਬਰੀਕੀ ਘੱਟ ਹੈ ਤਾਂਹੀਓ ਜੇ ਕਿਤੇ ਮਾਰਕਾ ਤੇ ਬਰੀਕੀ ਉਹ ਘੋੜੇ ਵਾਲੀ ਹੁੰਦੀ ਫਿਰ ਤਾਂ ਬਹੁਤ ਵੱਡੀ ਗੱਲ ਸੀ ਇਹ ਬਛੇਰਾ ਦੇ ਦਾਂਗੇ ਆਪਾਂ ਦੇਖੋ ਉਹ ਗੱਲ ਨਹੀਂ ਡਿਮਾਂਡ ਕਰ ਲਈਏ 20 ਲੱਖ ਦੀ ਵੇਚੀਏ ਆ ਕੇ 5 ਲੱਖ ਦਾ ਹੈ ਨਾ ਉਹਦਾ ਕੋਈ ਫਾਇਦਾ ਨਹੀਂ ਬਛੇਰਾ ਦੇ ਦਾਂਗੇ ਜੀ 6 ਲੱਖ ਰੁਪਈਏ ਦਾ ਨਾ ਮੌਕੇ ਤੇ ਘਟੀਏ ਨਾ ਕਰੀਏ ਘੋੜੀ ਦੇ ਦਾਂਗੇ 7 ਲੱਖ ਰੁਪਏ ਗੱਲ ਬਣ ਗਈ ਬਾਬਾ ਜੀ ਹੈ ਨਾ ਲੈ ਸਵਾਦ ਆ ਗਿਆ ਵੀ ਮਤਲਬ ਇਹ ਵੀ ਸੁਖਜਿੰਦਰ ਬਾਈ ਤੇਰੇ ਨਾਲ ਉਹਨੂੰ ਰੱਸਾ ਫੜਾਵਾਂਗੇ ਤਾਂ ਬੰਦੇ ਨੂੰ ਖੁਸ਼ ਕਰਾਂਗੇ ਬਸ ਠੀਕ ਆ 5 ਕਲਿਆਣਾ ਬਛੇਰਾ ਮਤਲਬ 5 ਕਲਿਆਣਾ ਕਲਿਆਣ ਘੋੜੇ ਦਾ ਬੱਚਾ ਤੇ ਇਹ ਸ਼ਾਨਦਾਰ ਦਾ ਗਿਆ ਪੋਤਾ ਅਲੀਸ਼ਾਨ ਲੈਣ ਦਾ ਅਲੀਸ਼ਾਨ ਦਾ ਗਿਆ ਪੜੋਤਾ ਹਾਂ ਇੱਕ ਹੋਰ ਸੁਖਜਿੰਦਰ ਜੀ ਪਿੱਠ ਦੇਖ ਨਹੀਂ ਨਹੀਂ ਇਹ ਤਾਂ ਆਲਟੋ ਗੱਡੀ ਜਿਹਨਾਂ ਦਾ ਚੌੜਾ ਹੈ ਚੌੜਾ ਤਾਂ ਦੇਖ ਉਰੇ ਵੀਰੇ ਲੈ ਚੌੜਾ ਦੇਖ ਕੇ ਨਾ ਹਨਾ ਕਿਉਂਕਿ ਆਪਾਂ ਆਪ ਹੀ ਕਹੇ ਬਾਬਾ ਗੁਰਵਿੰਦਰ ਸਿੰਘ ਹਰੇਕ ਨੂੰ ਕਹੀ ਜਾਂਦਾ ਉਹ ਬਛੇਰਾ ਰਿੰਗ ਜਿੱਤੂਗਾ ਇਹ ਬਛੇਰਾ ਜਾਣਦਾਰ ਰਾਈਡਿੰਗ ਨੂੰ ਉਹਦੇ ਵਾਸਤੇ ਤਿਆਰ ਹੋਣ ਇਹਨਾਂ ਦਾ ਝੋਟਾ ਬਣਨਾ ਝੋਟਾ ਇਹ ਮੱਝੂਗੇ ਲੈਣ ਵਾਲੇ ਵਿੱਚ ਝੋਟੇ ਨੇ ਨਾ ਐਵੇਂ ਮਾਰਵਾੜੀ ਨਸਲ ਦਾ ਝੋਟਾ ਹੋਊਗਾ ਜਾ ਬਾਈ ਲੈ ਜਾ ਬਾਈ ਇਹ 13 ਲੱਖ ਦਾ ਜੋੜਾ ਦੇ ਦਾਂਗੇ 7 ਲੱਖ ਦੀ ਘੋੜੀ ਦੇ ਦਾਂਗੇ 6 ਲੱਖ ਦਾ ਬੱਚਾ ਪ੍ਰੀਤ ਮਾੜਾ ਮਾਰੀਏ ਤੇ ਕੈਮਰਾ ਤੁਰੇ ਜਾਂਦੇ ਤੇ ਵੈਸੇ ਤਾਂ ਮੈਂ ਵਪਾਰ ਕਰਦਾ ਨਹੀਂ ਸੁਖਜਿੰਦਰ ਉਹ ਫਿਰ ਹੁਣ ਜਿਹੜੇ ਪੈਦਾ ਹੋਏ ਦੇਣੇ ਵੀ ਆ ਕਿਉਂਕਿ ਹੁਣ ਬੱਚੇ ਜ਼ਿਆਦਾ ਹੋ ਗਏ ਤੇ ਕੁਛ ਮਹਾਰਾਜ ਦਾ ਦਰਬਾਰ ਸਾਹਿਬ ਬਣਾਉਣ ਲੱਗਿਆ ਗੁਰਮਤਿ ਅਕੈਡਮੀ ਤੇ ਕੁਛ ਜਿਵੇਂ ਓਏ ਉਹ ਵੀ ਕੱਢ ਲਿਆ ਮਾੜਾ ਜਾਂ ਆ ਬਛੇਰਾ ਰਾਜ ਕੇਸਰੀ ਵਾਲਾ ਜੀ ਦੇਵਮਣੀ ਘੋੜੀ ਵੀ ਲਿਆਓ ਯਾਰ ਲਿਆਓ ਜਲਦੀ ਕਰੋ ਜੀ ਅੱਛਾ ਗਰੀਬ ਘਰ ਹੀ ਸੀਗਾ ਸੁਖਜਿੰਦਰ ਬਾਲੇ ਬਾਈ ਗਰੀਬ ਘਰੋਂ ਆਇਆ ਇੱਕ ਨਾ ਜਿਹੜੀ ਘੋੜੀ ਵੇਚੀ ਵਿੱਚ ਕਟਾ ਗਏ ਇੱਕ ਘੋੜੀ ਹੋਰ ਵੇਚੀ ਸੀ ਜੀ ਤੇ 1 ਲੱਖ ਰੁਪਏ ਦਾ ਵਿੱਚ ਕਟਾ ਗਏ ਸੀ ਕਹਿੰਦੇ ਅਸੀਂ ਆਪੇ ਵੇਚ ਦਾਂਗੇ ਜੀ ਇਹਦੇ 'ਚ ਘੱਟੋ ਘੱਟ 1.5-2 ਕੁਇੰਟਲ ਵਜਨ ਪੈ ਗਿਆ ਨਾ 3-4 ਲੱਖ ਦਾ ਘੋੜਾ ਇਹ ਘੋੜੀਆਂ ਲਾਉਣ ਨੂੰ ਵੀ ਵਧੀਆ 62 ਇੰਚ ਹਾਈਟ ਆ ਬਾਲੇ ਗਰੀਬ ਘਰੋਂ ਆਇਆ ਭੁੱਖਾ ਮਰਿਆ ਹੋਇਆ ਹਜੇ ਤਾਂ ਆਈ ਆ ਜੀ ਤੇ ਕਿਸੇ ਨੇ ਲੈਣਾ ਤਾਂ 1 ਲੱਖ ਦਾ ਕੱਟਿਆ 1 ਲੱਖ ਚਾਹੇ 1 ਲੱਖ ਦੇ ਲੈ ਜਾਣੇ ਬਾਬਾ ਜੀ ਦੱਸਿਆ ਕਿਸੇ ਨੇ ਕਿਹੜੇ ਘੋੜੇ ਦਾ ਇਹ ਨਾਗ ਦਾ ਪੋਤਾ ਹੈ ਵਪਾਰੀ ਨੇ ਦੱਸਿਆ ਵੀ ਨਾਗ ਦਾ ਪੋਤਾ ਮੂੰਹ ਵੀ ਨਾਗ ਵਾਲੀ ਲੱਗਿਆ ਹੋਇਆ ਜਮਾ ਗਰਦਨ ਕੁਰਦਨ ਵੀ ਦੱਸਦੀ ਆ ਹਾਂ ਕੱਦ ਵੀ ਨਾਗ ਵਾਂਗੂ ਹੀ ਆ 62 ਇੰਚ ਕਰਦਾ ਨਾਗ ਦਾ ਪੋਤਾ ਤੇ ਦੱਸਣ ਅਕੋਰਡਿੰਗ ਰਾਜ ਕੇਸਰੀ ਘੋੜਾ ਕੋਈ ਉਹਦਾ ਬੱਚਾ ਮਤਲਬ ਬਹੁਤ ਚੰਗਾ ਘੋੜਾ ਘੋੜਾ ਇਹ ਵੀ ਬਹੁਤ ਚੰਗਾ ਕਰੰਟ ਇੰਨਾ ਜ਼ਿਆਦਾ ਕੰਨ ਬਹੁਤ ਚੰਗੇ ਨੇ ਘੋੜਾ ਮਾਰੇ ਹੀ ਭੁੱਖਾ ਪਿਆ ਫਿਰ ਵਿੱਚ ਦੀ ਹੋਰ ਬੰਦੇ ਲੈ ਗਏ ਹੀਟ ਕੱਢਣ ਨੂੰ ਉੱਥੇ ਵੀ ਹੱਡ ਜੇ ਨਿਕਲ ਗਏ ਸਾਡੇ ਜਿੰਨਾ ਦਾਣਾ ਦੂਣਾ ਕੋਈ ਪਾਉਣਾ ਹੁਣ ਮੇਰੇ ਗੱਲ ਐ ਆ ਕਮਰੇ ਮੈਂ ਬੱਚੇ ਆ ਤੋੜਨੇ ਨੇ ਘੋੜੀਆਂ ਨਾਲੋਂ ਘੋੜੀਆਂ ਸੂਈਆਂ ਨੇ ਉਧਰੋਂ ਸੂਣ ਵਾਲੀਆਂ ਮੈਂ ਤਾਂ ਅਗਲੇ ਨੂੰ ਜਿੰਨੇ ਦਾ ਲਿਆ ਉਹਨੇ ਦੀ ਕਹੀ ਜਾਣਾ ਜੀ ਹਾਂ ਬੰਦਾ ਐਂ ਵੀ ਕਰ ਲਾਂਗੇ ਸੁਖਜਿੰਦਰ ਬਾਈ ਜੇ ਤੂੰ ਗਰੰਟੀ ਲੈਣਾ ਜੀ ਬੰਦਾ ਗਰੀਬ ਹੈ ਜੀ ਪਰ ਇਹ ਦੀ ਸੇਵਾ ਕਰਨਾ ਹੋਵੇ ਫ੍ਰੀ ਚ ਘੋੜਾ ਲੈ ਜਾਵੇ ਜੀ ਜਿੱਦੇ ਤਿਆਰ ਹੋ ਗਿਆ 1 ਲੱਖ ਤੋਂ ਉੱਪਰ ਉਹਦੇ ਪੈਸੇ ਜਿੰਨੇ ਦਾ ਮੈਂ ਪਿਆ ਮੈਂ ਰੱਖ ਲੂ ਨਹੀਂ ਵੇਚੂ ਉਹ ਸਾਲ ਰੱਖ ਲੈ 2 ਸਾਲ ਰੱਖ ਲੈ ਨਹੀਂ ਵੀ ਵੇਚਦਾ ਹਾਂ ਪਰ ਚੈੱਕ ਕਰਾਂਗੇ ਮਹੀਨੇ ਦੀ ਮਹੀਨੇ ਇਹ ਨਾ ਹੋਵੇ ਭੁੱਖਾ ਮਾਰੇ
फ्री दे दूंगा। अभी चेक करांगे महीने दी महीने असी वीडियो फोटो मंगावांगे। ये गल सुन लो कोई शौक वाला ये ना होवे भी बन के सानू पाप लगे। ऐ तां हुण आपां इत्थों सड़क नहीं जाते पुछ लिया भाई फ्री घोड़ा लेना कोई छड़दा? हाँ कोई छड़दा नाल घोड़ा। हाँ नाले घोड़ा। मैनू इन्ना का लगता भी जे इनू क्वांटल डेढ़ क्वांटल वजन पा के ना 11,000 फीस भी रखी जाए तो चम्मिया चुम्बिया सारिया घोड़िया ये को आगे लख रुपये तो इन्हें 5 महीने च कमा देना। पर भाई घट्टो घट 2 किलो दुध सवेरे 3-4 आंडे 2 किलो दुध शाम 3-4 आंडे दाणा छोले जमी वधी वधिया मालिश वधिया पखा लग्या होवे फिर फायदा नहीं तो शराब लैन वाला काम हुण जिथों आया उत्थे तूड़ी खांदा जी तूड़ी। लै भी आप लै भी आप बाबा जी दी वीडियो दा दूसरा पार्ट सीगा जिहड़ा तुसीं देखिया जिस तुसी घोड़ियां भी देखिया तुहानू बहुत सारी जानकारी भी दित्ती आ ते नंबर 2 ते 2-3 जानवर आ जिहड़े देण वाले भी हैगे आ तां बाबा जी हुणां नाल संपर्क कर लिओ। मेरी बेनती इक इह आ ਬਈ ਉਹ ਸੱਜਣ ਕਈ ਵਾਰੀ ਹੁੰਦਾ ਕਿ ਸ਼ਾਮ ਨੂੰ ਬੰਦਾ ਥੋੜ੍ਹਾ ਜਿਹਾ ਫਰੀ ਹੁੰਦਾ ਇਹਨਾਂ ਦਾ ਬਾਬੇ ਨੂੰ ਫੋਨ ਲਾ ਕੇ ਟਾਈਮ ਪਾਸ ਕਰਦੇ ਹਾਂ ਉਵੇਂ ਨਾ ਕਰਿਓ। ਜਿਹੜਾ ਬੰਦਾ ਵੀ ਆਉਣਾ ਖੇੜੀ ਜੱਟਾਂ ਪਿੰਡ ਦੇ ਵਿੱਚ ਆਸ਼ਰਮ ਆ ਤੁਹਾਨੂੰ ਵਟਸਐਪ 'ਤੇ ਲੋਕੇਸ਼ਨ ਭੇਜ ਦੇਣਗੇ। ਜਿਹੜੇ ਬੰਦੇ ਨੇ ਆਉਣਾ ਜਿਹੜਾ ਖਰੀਦਣਾ ਜਾਨਵਰ ਉਹ ਦੇਖ ਕੇ ਹੀ ਖਰੀਦਿਆ ਜਾਂਦਾ ਹੁੰਦਾ ਨਾਲੇ ਪੈਸੇ ਵੀ ਦੱਸਦੇ ਆਪਾਂ। ਹਾਂ ਪੈਸੇ ਦੱਸਦੇ ਆ ਕੋਈ ਐਂ ਨਹੀਂ ਲੁੱਕ ਨਹੀਂ ਲਪੇਟ ਨਹੀਂ ਰੱਖੀ ਕੋਈ ਹਾਈਟ ਦਾ ਨਹੀਂ ਰੱਖਿਆ ਕਿਸੇ ਦਾ ਨਹੀਂ ਰੱਖਿਆ। ਤੁਸੀਂ ਆਉਣਾ ਆ ਕੇ ਜਾਨਵਰ ਵੇਖਣਾ ਆ ਕੇ ਸੌਦਾ ਕਰ ਲਿਓ। ਪਹਿਲੀ ਤਾਂ ਗੱਲ ਬੰਦਾ ਉਨਾ ਕੁ ਮਨ ਬਣਾ ਕੇ ਆਊਗਾ ਜਦੋਂ ਬਾਬਾ ਜੀ ਨੇ ਰੇਟ ਦੱਸਤਾ ਰੇਂਜ ਦੱਸਤੀ ਆ ਤਾਂ ਉਹ ਸਿਰਫ ਤਾਂ ਹੀ ਦੱਸਿਆ ਕਿਉਂਕਿ ਜਿਹੜਾ ਬੰਦਾ ਹੁਣ ਉਧਰੋਂ ਘੋੜੇ ਦੇ ਵੀ ਫੋਨ ਆਉਣੇ ਆ ਉਧਰੋਂ ਆਸ਼ਰਮ ਦਾ ਵੀ ਟੈਨਸ਼ਨ ਆ ਪ੍ਰਬੰਧ ਇਕੱਲੇ ਆ ਬੰਦਾ ਇਕੱਲਾ ਸਾਰਾ ਕੁਛ ਦੇਖਣਾ ਸਾਰਾ ਕੁਛ ਮੈਨੇਜ ਕਰਨਾ। ਇਸ ਕਰਕੇ ਮੈਂ ਬੇਨਤੀ ਕਰਦਾ ਬਈ ਉੱਦਾਂ ਹੀ ਫੋਨ ਨਾ ਕਰੀ ਜਾਇਓ ਵੀਰ ਬਣ ਕੇ ਆਇਓ ਵੇਖਿਓ ਫਿੱਟ ਆ ਗਈ ਗੱਲਬਾਤ ਲੈ ਜਾਓ। ਬੰਦਾ ਇਹੋ ਜਿਹਾ ਜਿਹੜੀ ਗੱਲ ਕਹਿਤੀ ਉਸ 'ਤੇ ਖੜਨ ਵਾਲਾ ਐਂ ਨਹੀਂ ਗੱਲ ਵੀ ਅੱਜ ਹੋਰ ਆ ਅਤੇ ਕੱਲ੍ਹ ਹੋਰ ਆ। ਵੀਡੀਓ ਕਰ ਦਿਓ ਸ਼ੇਅਰ ਜਿਉਂਦੇ ਵੱਸਦੇ ਰਹੋ। ਬਹੁਤ ਬਹੁਤ ਧੰਨਵਾਦ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਨੰਬਰ ਬੋਲਣ ਦੀ ਤਾਂ ਲੋੜ ਨਹੀਂ।